ਕੀਤੇ ਨੇ। ਜਦੋਂ ਬਹਾਦਰ ਸ਼ਾਹ ਆਪਣੀਆਂ ਵਾਅਦਾ ਕਸਮਾਂ ਭੁੱਲ ਕੇ ਨਾ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਆਇਆ, ਸੱਚੇ ਪਾਤਸ਼ਾਹ ਨਾਲ ਵਾਅਦਾ ਕੀਤਾ ਸੀ ਕਿ ਜੇ ਮੈਨੂੰ ਹਿੰਦੁਸਤਾਨ ਦੇ ਤਖ਼ਤ 'ਤੇ ਬਿਠਾ ਦਿਓ ਅਤੇ ਜਿਨ੍ਹਾਂ ਲੋਕਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਛੋਟੇ ਲਾਲਾਂ 'ਤੇ ਸਿੱਖਾਂ 'ਤੇ ਮਰੀਦਾਂ ਉੱਤੇ ਹਮਲੇ ਕੀਤੇ ਨੇ, ਉਹ ਲੋਕ ਮੈਂ ਮਹਾਰਾਜ ਸਭ ਤੋਂ ਪਹਿਲਾਂ ਤੁਹਾਡੇ ਹਵਾਲੇ ਕਰਾਂਗਾ। ਜਦੋਂ ਇਹਨੂੰ ਤਖ਼ਤ ਮਿਲਿਆ, ਮਹਾਰਾਜ ਨੇ ਇਹਦੀ ਸਹਾਇਤਾ ਕਰਕੇ ਇਹਨੂੰ ਹਿੰਦੁਸਤਾਨ ਦੇ ਤਖ਼ਤ 'ਤੇ ਬਿਠਾਇਆ, ਇਹ ਆਪਣੇ ਵਾਅਦੇ ਅਤੇ ਕਸਮਾਂ ਸਾਰੇ ਭੁੱਲ ਗਿਆ। ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਹਜ਼ੂਰ ਸਾਹਿਬ ਦੀ ਧਰਤੀ 'ਤੇ ਆਇਆ, ਇਹਨੇ ਮਹਾਰਾਜ ਨੂੰ ਇੱਕ ਹੀਰਾ ਲਿਆ ਕੇ ਭੇਟ ਕੀਤਾ। ਇਹ ਹੀਰਾ ਬੜਾ ਕੀਮਤੀ ਸੀ। ਸੱਚੇ ਪਾਤਸ਼ਾਹ ਮਹਾਰਾਜ ਨੇ ਬਹਾਦਰ ਸ਼ਾਹ ਦਾ ਹੀਰਾ ਆਪਣੀ ਤਲੀ 'ਤੇ ਰੱਖਿਆ, ਉਹਨੂੰ ਬੜੇ ਧਿਆਨ ਦੇ ਨਾਲ ਤੱਕਿਆ। ਬਹਾਦਰ ਸ਼ਾਹ ਕਹਿਣ ਲੱਗਾ, ਮਹਾਰਾਜ ਇਹ ਹੀਰਾ ਬੜਾ ਕੀਮਤੀ ਹੈ, ਇਹਦੀ ਕੋਈ ਭੇਟਾ ਨਹੀਂ ਦੇ ਸਕਦਾ, ਇਹਦੀ ਤਾਂ ਕੇਵਲ ਦਰਸ਼ਨੀ ਭੇਟਾ ਹੁੰਦੀ ਹੈ। ਮਹਾਰਾਜ ਸਭ ਤੋਂ ਮਹਿੰਗਾ ਹੀਰਾ ਮੈਂ ਤੁਹਾਡੇ ਚਰਨਾਂ ਵਿੱਚ ਭੇਟਾ ਕਰਨ ਵਾਸਤੇ ਲੈ ਕੇ ਆਏ ਹਾਂ। ਇਹ ਮਹਾਰਾਜ ਨੂੰ ਹੀਰਿਆਂ ਦਾ ਲਾਲਚ ਦੇ ਕੇ ਉਸ ਮਿਸ਼ਨ ਤੋਂ ਦੂਰ ਕਰਨਾ ਚਾਹੁੰਦਾ ਹੈ ਜਿਹੜਾ ਮਹਾਰਾਜ ਨੇ ਇਹਨੂੰ ਕੰਮ ਸੌਂਪਿਆ ਸੀ ਨਾ, ਉਹ ਕੰਮ ਇਹਦੇ ਕੋਲੋਂ ਨਾ ਹੋਇਆ। ਅਖੀਰ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਹੀਰਾ ਆਪਣੇ ਹੱਥ ਵਿੱਚ ਫੜਿਆ, ਵਗਾ ਕੇ ਗੋਦਾਵਰੀ ਨਦੀ ਦੇ ਵਿੱਚ ਮਾਰਿਆ। ਇਹ ਹੈਰਾਨ ਹੋ ਕੇ ਕਹਿਣ ਲੱਗਾ, ਮਹਾਰਾਜ ਤੁਹਾਨੂੰ ਨਹੀਂ ਪਤਾ ਉਹ ਹੀਰਾ ਕਿੰਨਾ ਕੀਮਤੀ ਸੀ, ਤੁਸੀਂ ਉਸ ਹੀਰੇ ਨੂੰ ਐਵੇਂ ਜਾਣ ਕੇ ਨਦੀ ਵਿੱਚ ਸੁੱਟ ਦਿੱਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਬਹਾਦਰ ਸ਼ਾਹ ਕਿੰਨਾ ਕੁ ਕੀਮਤੀ ਹੋਵੇਗਾ? ਮਹਾਰਾਜ ਕਹਿਣ ਲੱਗੇ, ਜਾ ਫਿਰ, ਜੇ ਇੰਨਾ ਹੀ ਕੀਮਤੀ ਆ ਨਾ, ਗੋਦਾਵਰੀ ਦੇ ਕੰਢੇ 'ਤੇ ਜਾ, ਬੁੱਕ ਭਰ ਕੇ ਉਹਨਾਂ ਹੀਰਿਆਂ ਦੇ ਵਿੱਚੋਂ ਆਪਣਾ ਹੀਰਾ ਪਹਿਚਾਣ ਕੇ ਚੁੱਕ ਲਿਆਵੇਂ। ਬਹਾਦਰ ਸ਼ਾਹ ਗੋਦਾਵਰੀ ਦੇ ਕੰਢੇ 'ਤੇ ਗਿਆ, ਇਹਨੇ ਪਾਣੀ ਦਾ ਬੁੱਕ ਭਰਿਆ, ਕੀ ਤੱਕਦਾ ਹੈ ਕਿ ਸਾਰੀ ਨਦੀ ਉਹ ਕੀਮਤੀ ਹੀਰਿਆਂ ਦੇ ਨਾਲ ਵਗਦੀ ਹੋਈ ਬਹਾਦਰ ਸ਼ਾਹ ਨੂੰ ਨਜ਼ਰ ਆਈ। ਮਹਾਰਾਜ ਦੇ ਚਰਨਾਂ 'ਤੇ ਵਿੱਚ ਆਉਣ ਡਿੱਗਾ, ਸੱਚੇ ਪਾਤਸ਼ਾਹ ਉਹੋ ਜਿਹੇ 'ਤੇ ਕਰੋੜਾਂ ਹੀਰੇ ਮੈਂ ਇਸ ਨਦੀ ਵਿੱਚ ਵਗਦੇ ਵੇਖੇ ਨੇ। ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਬਹਾਦਰ ਸ਼ਾਹ ਇਹ ਗੁਰੂ ਦਾ ਘਰ ਹੈ, ਇੱਥੇ ਆਣ ਕੇ ਹੰਕਾਰ ਨਹੀਂ ਕਰੀਦਾ, ਗੋਦਾਵਰੀ ਦੀ ਭੇਟਾ ਮਹਾਰਾਜ ਨੇ ਸਭ ਤੋਂ ਮਹਿੰਗਾ ਕੀਮਤੀ ਹੀਰਾ ਗੋਦਾਵਰੀ ਨੂੰ ਭੇਟਾ ਕੀਤਾ। ਗੋਦਾਵਰੀ ਵੀ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲਾ ਗਿਣਦੀ ਹੈ, ਔਰ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਅਰਦਾਸਾਂ ਕਰਦੀ ਹੈ, ਮਹਾਰਾਜ ਤੁਸੀਂ ਮੇਰੇ ਕੰਢੇ 'ਤੇ ਆਏ, ਹਰ ਜਸ ਕੀਤਾ, ਸਭ ਤੋਂ ਕੀਮਤੀ ਹੀਰਾ ਮੈਨੂੰ ਭੇਟ ਕਰਕੇ ਤੁਸੀਂ ਮੈਨੂੰ ਵੱਡਿਆਂ ਭਾਗਾਂ ਵਾਲੀ ਬਣਾਇਆ ਹੈ। ਮਹਾਰਾਜ ਕਹਿਣ ਲੱਗੇ, ਗੋਦਾਵਰੀ ਘਬਰਾ ਨਾ, ਇੱਕ ਹੀਰਾ ਤੇਰੇ ਵਿੱਚ ਭੇਟ ਕੀਤਾ ਹੈ ਅਤੇ ਇੱਕ ਹੀਰਾ ਤੇਰੇ ਕੰਢੇ ਤੋਂ ਅਸੀਂ ਪੈਦਾ ਵੀ ਕਰਨਾ ਹੈ। ਜਦੋਂ ਮਹਾਰਾਜ ਮਾਧੋ ਦਾਸ ਬਰਾਗੀ ਦੇ ਡੇਰੇ 'ਤੇ ਗਏ ਨਾ, ਇਹ ਮਾਧੋ ਦਾਸ ਬਰਾਗੀ ਉਸੇ ਗੋਦਾਵਰੀ ਦੇ ਕੰਢੇ 'ਤੇ ਆਪਣਾ ਡੇਰਾ ਬਣਾ ਕੇ ਬੈਠਾ ਹੈ। ਉਸੇ ਗੋਦਾਵਰੀ ਦੇ ਕੰਢੇ ਤੋਂ ਮਾਧੋ ਦਾਸ ਬਰਾਗੀ ਨੂੰ ਅਕਾਲ ਪੁਰਖ ਪਰਮਾਤਮਾ ਦੇ ਨਾਮ ਨਾਲ ਜੋੜ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਇਹਦਾ ਨਾਮ ਰੱਖਿਆ ਗੁਰਭਗਤ ਸਿੰਘ, ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਦੇ ਨਾਲ ਪ੍ਰਸਿੱਧ ਹੋਇਆ। ਐਸਾ ਹੀਰਾ ਬਣ ਕੇ ਚਮਕਿਆ, ਦੁਨੀਆਂ ਦੀਆਂ ਵੱਡੀਆਂ ਵੱਡੀਆਂ ਤਾਕਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਫੇਲ ਹੋ ਗਈਆਂ। ਯਾਦ ਰੱਖਿਓ, ਇੱਕ ਇਹ ਸਰਸਾ ਹੈ, ਇੱਕੋ ਸਰਸਾ ਚੰਦਰੀ ਹੈ ਜਿਹਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਰਿਵਾਰ ਦਾ ਵਿਛੋੜਾ ਪਾਇਆ ਹੈ। ਇਹ ਕੋਈ ਛੋਟਾ ਜਿਹਾ ਨਾਲਾ ਹੈ ਜਿਹਨੂੰ ਆਪਾਂ ਸੇਮ ਨਾਲਾ ਵੀ ਕਹਿ ਸਕਦੇ ਹਾਂ। ਜਦੋਂ ਮੀਂਹ ਪੈਂਦਾ ਹੈ ਉਦੋਂ ਇਹ ਭਰ ਕੇ ਵਗਦਾ ਹੈ, ਨਹੀਂ ਤਾਂ ਕਈ ਕਈ ਮਹੀਨੇ ਇਹ ਨਾਲਾ ਸੁੱਕਾ ਰਹਿੰਦਾ ਹੈ।
ਹੁਣ ਬਰਸਾਤ ਹੋ ਰਹੀ ਹੈ, ਠੰਡ ਦਾ ਮੌਸਮ ਹੈ, ਇਹ ਸਰਸਾ ਵੀ ਨੱਕੋ ਨੱਕ ਭਰੀ ਹੋਈ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪਰਿਵਾਰ, ਵੱਡੇ ਸਾਹਿਬਜ਼ਾਦੇ, ਨਿੱਕੇ ਸਾਹਿਬਜ਼ਾਦੇ, ਮਾਤਾ ਗੁਜਰੀ, ਗੁਰੂ ਕੇ ਮਹਿਲ, ਸਿੱਖ ਅਤੇ ਸੱਚੇ ਪਾਤਸ਼ਾਹ ਮਹਾਰਾਜ ਆਪ ਸਰਸਾ ਦੇ ਕੰਢੇ 'ਤੇ ਪਹੁੰਚ ਗਏ ਨੇ। ਘਮਸਾਨ ਦਾ ਯੁੱਧ ਹੋਇਆ, ਬਾਬਾ ਅਜੀਤ ਸਿੰਘ, ਭਾਈ ਉਦੇ ਸਿੰਘ, ਭਾਈ ਬਚਿੱਤਰ ਸਿੰਘ, ਬਾਬਾ ਜੀਵਨ ਸਿੰਘ ਜੀ ਬੜੀ ਦਲੇਰੀ ਦੇ ਨਾਲ ਇਹਨਾਂ ਲੋਕਾਂ ਦੇ ਨਾਲ ਜੰਗ ਲੜਦੇ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਸਰਸਾ ਦੇ ਕੰਢੇ 'ਤੇ ਮਹਾਰਾਜ ਨੇ ਅੰਮ੍ਰਿਤ ਵੇਲਾ ਵੀ ਸਾਂਭਿਆ। ਇਹ ਗੱਲ ਯਾਦ ਰੱਖਿਓ, ਦੁੱਖਾਂ ਦੀਆਂ ਘੜੀਆਂ, ਦੁੱਖਾਂ ਦੇ ਪਹਾੜ ਟੁੱਟੇ, ਪਰ ਉਸ ਸਮੇਂ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚੋਂ ਅੰਮ੍ਰਿਤ ਵੇਲਾ ਨਹੀਂ ਗਵਾਇਆ। ਅੱਜ ਸਾਡੇ ਕੋਲ ਸਾਰੇ ਸੁੱਖ ਸਾਧਨ ਨੇ, ਅਸੀਂ ਆਪਣੀ ਮਨ ਮਰਜ਼ੀ ਨਾਲ ਸੌਂਦੇ ਹਾਂ, ਮਨ ਮਰਜ਼ੀ ਨਾਲ ਉੱਠਦੇ ਹਾਂ, ਪਰ ਅੰਮ੍ਰਿਤ ਵੇਲਾ ਕੋਈ ਗੁਰਮੁਖ ਪਿਆਰਾ ਵਿਰਲਾ ਵਿਰਲਾ ਹੀ ਸਾਂਭਦਾ ਹੈ। ਸੁੱਖਾਂ ਦੀਆਂ ਘੜੀਆਂ ਵਿੱਚ ਵੀ ਸਾਡੇ ਕੋਲੋਂ ਅੰਮ੍ਰਿਤ ਵੇਲਾ ਨਹੀਂ ਸਾਂਭਿਆ ਜਾਂਦਾ। ਮਹਾਰਾਜ ਨੇ ਸਰਸਾ ਦੇ ਕੰਢੇ 'ਤੇ ਇੱਕ ਮਿਸਾਲ ਪੈਦਾ ਕਰ ਦਿੱਤੀ। ਅੰਮ੍ਰਿਤ ਵੇਲਾ ਹੋਇਆ, ਭਾਈ ਦਇਆ ਸਿੰਘ ਨੂੰ ਆਵਾਜ਼ ਮਾਰੀ, ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰੋ, ਅਸੀਂ ਅੰਮ੍ਰਿਤ ਵੇਲੇ ਦਾ ਦੀਵਾਨ ਸੱਜਣਾ ਹੈ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਪਿੱਛੇ ਟਿੱਡੀ ਦਲ ਚੜ੍ਹਦਾ ਆ ਰਿਹਾ ਹੈ, ਅੱਗੇ ਸਰਸਾ ਠਾਠਾ ਮਾਰਦੀ ਹੈ, ਆਪਾਂ ਅੱਗੇ ਨੂੰ ਚੱਲੀਏ। ਮਹਾਰਾਜ ਕਹਿਣ ਲੱਗੇ, ਨਹੀਂ ਸਿੱਖੋ, ਜੇ ਅੱਜ ਅੰਮ੍ਰਿਤ ਵੇਲਾ ਗਵਾ ਦਿੱਤਾ, ਆਉਣ ਵਾਲਾ ਇਤਿਹਾਸ ਕੀ ਆਖੇਗਾ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਉੱਤੇ ਸੰਕਟਾਂ ਦਾ ਸਮਾਂ ਆਇਆ ਅਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚੋਂ ਅੰਮ੍ਰਿਤ ਵੇਲਾ ਹੀ ਗਵਾ ਦਿੱਤਾ। ਇਸ ਮਿਸਾਲ ਨੂੰ ਇਸ ਕੰਢੇ ਦੇ ਉੱਤੇ ਪੈਦਾ ਕਰਕੇ ਜਾਣਾ ਹੈ। ਅੰਮ੍ਰਿਤ ਵੇਲੇ ਦਾ ਦੀਵਾਨ ਸੱਜਿਆ, ਨਿਰੰਕਾਰ ਦੇ ਚਰਨਾਂ ਵਿੱਚ ਅਰਦਾਸ ਹੋਈ, ਹੁਕਮ ਹੋਇਆ ਕਿ ਸਰਸਾ ਨੂੰ ਪਾਰ ਕਰਨਾ ਹੈ। ਯਾਦ ਰੱਖਿਓ, ਸਰਸਾ ਦੇ ਵਿੱਚ ਬੜੇ ਕੀਮਤੀ ਗ੍ਰੰਥ, ਬੜਾ ਖਜ਼ਾਨਾ ਸਰਸਾ ਦੀ ਭੇਟ ਹੋ ਗਿਆ। 40 ਸਿੱਖ, ਵੱਡੇ ਸਾਹਿਬਜ਼ਾਦੇ ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਸਰਸਾ ਨੂੰ ਪਾਰ ਕਰ ਗਏ ਨੇ। ਇਸੇ ਸਰਸਾ ਦੇ ਕੰਢੇ 'ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪਰਿਵਾਰ ਤਿੰਨਾਂ ਹਿੱਸਿਆਂ ਦੇ ਵਿੱਚ ਵੰਡਿਆ ਗਿਆ। ਤਿੰਨ ਟੋਟੇ ਹੋ ਗਏ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਰਿਵਾਰ ਦੇ। ਇੱਕ ਹਿੱਸੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਆਪ ਨੇ, ਔਰ ਵੱਡੇ ਸਾਹਿਬਜ਼ਾਦੇ, 40 ਸਿੱਖ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਰਾਵਤ ਬੁੱਧੀ ਰਾਜ ਦੀ ਹਵੇਲੀ ਦੀ, ਉਹ ਕੱਚੀ ਜਿਹੜੀ ਉਹਦੀ ਹਵੇਲੀ ਹੈ ਨਾ, ਉਹਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਸਮੇਤ ਜਾ ਕੇ ਪ੍ਰਵੇਸ਼ ਕੀਤਾ ਹੈ। ਇੱਧਰ ਇੱਕ ਹਿੱਸੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਮਹਿਲ, ਉਹ ਸਿੱਖ ਜਿਹੜੇ ਨੇ ਉਹ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਇੱਕ ਹਿੱਸੇ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਦੀ 82 ਸਾਲ ਦੀ ਬਜ਼ੁਰਗ ਮਾਤਾ ਅਤੇ 7 ਅਤੇ 9 ਸਾਲ ਦੇ ਛੋਟੇ ਸਾਹਿਬਜ਼ਾਦੇ ਇੱਕ ਹਿੱਸੇ ਦੇ ਵਿੱਚ ਵਿਛੜ ਗਏ ਨੇ। ਯਾਦ ਰੱਖਿਓ, 7 ਪੋਹ ਦੀ ਰਾਤ ਕਲਗੀਧਰ ਪਾਤਸ਼ਾਹ ਮਹਾਰਾਜ ਦੀ 82 ਸਾਲ ਦੀ ਮਾਤਾ ਜਦੋਂ ਸਰਸਾ ਦੇ ਕੰਢੇ 'ਤੇ ਵਿਛੜੀ ਨਾ, ਅਤੇ ਮਾਂ ਨੇ ਦੂਰ ਤੱਕ ਨਿਗਾਹ ਘੁਮਾਈ ਵੀ ਕੋਈ ਸਿੱਖ, ਕੋਈ ਪਰਿਵਾਰ ਦਾ ਜੀ ਨਜ਼ਰ ਆਵੇ, ਉਹਨਾਂ ਦਾ ਆਸਰਾ ਲੈ ਕੇ ਅਤੇ ਅੱਗੇ ਵੱਧ ਸਕਾਂ। ਕੋਈ ਨਜ਼ਰ ਨਾ ਆਇਆ, ਮਾਤਾ ਨੇ ਨਿਗਾਹ ਘੁਮਾਈ, ਕਹਿੰਦੇ ਇੱਕ ਝੁੱਗੀ ਦੇ ਵਿੱਚ ਦੀਵਾ ਜਗਦਾ ਹੋਇਆ ਮਾਂ ਗੁਜਰੀ ਦੀ ਨਜ਼ਰੀ ਪਿਆ, ਉਸ ਦੀਵੇ ਦੀ ਲੋਹ ਵੱਲ ਨੂੰ ਮਾਂ ਗੁਜਰੀ ਤੁਰੀ ਜਾਂਦੀ। ਹੁਣ ਆਪਣੇ ਮਨਾਂ ਅੰਦਰ ਝਾਤੀ ਮਾਰਿਓ, ਸਭ ਤੋਂ ਵੱਧ ਠੰਡ ਚਾਹੇ ਤਾਂ ਬਜ਼ੁਰਗਾਂ ਨੂੰ ਲੱਗਦੀ ਹੈ ਅਤੇ ਚਾਹੇ ਬੱਚਿਆਂ ਨੂੰ ਲੱਗਦੀ ਹੈ। ਇਸ ਮਹੀਨੇ ਦੀ ਠੰਡ ਵਿੱਚ ਚਾਹੇ ਤਾਂ ਅਸੀਂ ਆਪਣੇ ਬਜ਼ੁਰਗਾਂ ਨੂੰ ਸਾਂਭ ਕੇ ਰੱਖਦੇ ਹਾਂ ਅਤੇ ਚਾਹੇ ਬੱਚਿਆਂ ਨੂੰ ਸਾਂਭ ਕੇ ਰੱਖਦੇ ਹਾਂ। ਅਜੇ ਜਵਾਨ ਬੰਦਾ ਇਸ ਠੰਡ ਦਾ ਮੁਕਾਬਲਾ ਕਰ ਸਕਦਾ ਹੈ,
ਤੇ ਅੱਜ ਵਰਗੀ ਠੰਡ ਨਹੀਂ ਸੀ ਪੈਂਦੀ। ਅੱਜ ਜਿਹੜੀ ਠੰਡ ਪੈ ਰਹੀ ਹੈ ਨਾ, ਜੇ ਉਸ ਸਮੇਂ ਦੇ ਨਾਲ ਤੁਲਨਾ ਕਰੀਏ, 100 ਦੇ ਵਿੱਚੋਂ 10 ਪੈਸੇ ਠੰਡ ਪੈਂਦੀ ਹੈ। ਉਸ ਵੇਲੇ ਇੰਨੀ ਮਾਰੂ ਠੰਡ ਪੈਂਦੀ ਸੀ, ਧਰਤੀ 'ਤੇ ਖਲੋਤਾ ਹੋਇਆ ਪਾਣੀ ਵੀ ਬਰਫ਼ ਦੇ ਵਾਂਗ ਜੰਮ ਜਾਇਆ ਕਰਦਾ ਸੀ। ਹੁਣ ਓਨੀ ਠੰਡ ਨਹੀਂ, ਪੋਹ ਦਾ ਮਹੀਨਾ, ਠੱਕੇ ਦੀ ਹਵਾ, ਮੀਂਹ ਪੈ ਰਿਹਾ ਹੈ ਅਤੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਪਰਿਵਾਰ ਵਿਛੜ ਗਿਆ ਹੈ। ਤਵਾਰੀਖ ਦੇ ਪੰਨੇ ਲਿਖਦੇ ਨੇ, ਦਾਦੀ ਮਾਂ ਉਸ ਝੁੱਗੀ ਦਾ ਆਸਰਾ ਲੈ ਕੇ ਉੱਧਰ ਨੂੰ ਹੋ ਤੁਰੀ ਹੈ, ਜਾ ਕੇ ਝੁੱਗੀ ਦਾ ਦਰਵਾਜ਼ਾ ਖੜਕਾਇਆ। ਇਸ ਕੁੱਲੀ ਵਿੱਚੋਂ, ਇਸ ਛੰਨ ਦੇ ਵਿੱਚੋਂ ਇੱਕ ਇਨਸਾਨ ਬਾਹਰ ਆਇਆ ਜਿਹਦਾ ਨਾਂ ਹੈ ਕੁੰਮਾ ਮਾਸ਼ਕੀ। ਇਹ ਸਰਸਾ ਦੇ ਕੰਢੇ 'ਤੇ ਬੇੜੀ ਚਲਾਉਣ ਦਾ ਕੰਮ ਕਰਦਾ ਹੈ, ਰਾਹੀਗੀਰਾਂ ਨੂੰ ਕਦੀ ਉਸ ਕੰਢੇ ਕਦੀ ਉਸ ਕੰਢੇ ਲਿਜਾਣ ਦਾ ਕੰਮ ਕਰਕੇ ਆਪਣੀ ਕਿਰਤ ਕਰਕੇ ਆਪਣੇ ਪਰਿਵਾਰ ਨੂੰ ਪਾਲਦਾ ਹੈ। ਇਹਨੇ ਦੀਵੇ ਦੀ ਲੋਹ ਦੇ ਨਾਲ ਤੱਕਿਆ ਕਿ ਇਸ ਵੇਲੇ ਮੇਰੇ ਘਰ ਕੌਣ ਆਇਆ ਹੈ। ਤੱਕਿਆ ਕਲਗੀਧਰ ਪਾਤਸ਼ਾਹ ਮਹਾਰਾਜ ਦੀ 82 ਸਾਲ ਦੀ ਬਜ਼ੁਰਗ ਮਾਤਾ ਗੁਜਰੀ, ਅਤੇ ਇਹਦੇ ਨਾਲ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ। ਇਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ, ਅੰਦਰ ਲੈ ਗਿਆ ਜਿਹੜਾ ਕੱਪੜਾ, ਜਿਹੜਾ ਬਿਸਤਰਾ ਆਪਣੇ ਤਨ ਦੇ ਉੱਤੇ ਓੜ ਕੇ ਬੈਠਾ ਸੀ ਨਾ, ਪੋਹ ਮਹੀਨੇ ਦੀ ਠੰਡ ਤੋਂ ਬਚਣ ਵਾਸਤੇ। ਕਹਿਣ ਲੱਗਾ, ਮਾਂ ਤੁਸੀਂ ਮਖਮਲੀ ਸੇਜਾਂ 'ਤੇ ਆਰਾਮ ਕਰਨ ਵਾਲੇ, ਅੱਜ ਮੇਰੇ ਕੋਲ ਮਖਮਲੀ ਸੇਜਾਂ ਤਾਂ ਨਹੀਂ, ਗਰੀਬ ਦੀ ਕੁੱਲੀ ਵਿੱਚ ਆ ਗਰੀਬੜਾ ਜਿਹਾ ਬਿਸਤਰ ਹੈ ਜਿਹਨੂੰ ਮੈਂ ਆਪਣੇ ਤਨ 'ਤੇ ਓੜ ਕੇ ਬੈਠਾ ਸੀ। ਮਾਂ ਤੂੰ ਆਪਣੇ ਪੋਤਰਿਆਂ ਨੂੰ ਲੈ ਕੇ ਇਸ ਬਿਸਤਰੇ ਵਿੱਚ ਬੈਠ ਅਤੇ ਮੈਂ ਇਹਨਾਂ ਦੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਦਾ ਹੈ। ਨਾਲੇ ਮਾਂ ਦੇ ਕੋਲੋਂ ਉਹ ਸਾਰਾ ਹਾਲ ਪੁੱਛਿਆ। ਇਹ ਵੀ ਜਾਣਦਾ ਸੀ ਕਿ ਲੰਮਾ ਸਮਾਂ ਇਹਨਾਂ ਲੋਕਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਰੱਖਿਆ ਹੈ। ਇਹ ਕਸਮਾਂ ਵਾਅਦੇ ਭੁਲਾ ਕੇ ਇਹਨਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਰਿਵਾਰ ਉੱਤੇ ਬੜਾ ਵੱਡਾ ਹਮਲਾ ਕੀਤਾ ਹੈ। ਨਾਲੇ ਅੱਖਾਂ ਦੇ ਵਿੱਚੋਂ ਨੀਰ ਵਹਾਉਂਦਾ ਹੈ, ਨਾਲੇ ਮਾਂ ਗੁਜਰੀ ਦੇ ਨਾਲ ਮਮਤਾ ਭਰੀਆਂ ਗੱਲਾਂ ਕਰਦਾ ਹੈ। ਕਹਿਣ ਲੱਗਾ, ਮਾਂ ਮੈਂ ਇਹਨਾਂ ਬੱਚਿਆਂ ਦੇ ਵਾਸਤੇ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਕੇ ਆਉਣਾ ਹੈ। ਨੇੜੇ ਇੱਕ ਪਿੰਡ ਪੈਂਦਾ ਹੈ, ਉੱਥੇ ਲਛਮੀ ਨਾਂ ਦੀ ਇੱਕ ਔਰਤ ਰਹਿੰਦੀ ਹੈ ਜਿਹੜੀ ਇਹਦੀ ਧਰਮ ਦੀ ਭੈਣ ਬਣੀ ਹੋਈ ਹੈ। ਇਹਦੇ ਘਰ ਗਿਆ, ਕਹਿਣ ਲੱਗਾ, ਭੈਣੇ ਤੂੰ ਮੇਰੀ ਧਰਮ ਦੀ ਭੈਣ, ਮੈਂ ਤੇਰਾ ਧਰਮ ਦਾ ਭਰਾ, ਮੈਂ ਇਸ ਵੇਲੇ ਤੇਰੇ ਕੋਲ ਇੱਕ ਕੰਮ ਲੈ ਕੇ ਆਇਆ ਹੈ, ਵੇਖੀ ਆਪਣੇ ਵੀਰ ਨੂੰ ਮੋੜੀ ਨਾ। ਕਹਿਣ ਲੱਗੀ, ਦੱਸ ਵੀਰਾ ਕਿੱਧਰ ਆਇਆ ਹੈ। ਕਹਿਣ ਲੱਗਾ, ਮੇਰੀ ਝੁੱਗੀ ਦੇ ਵਿੱਚ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਬਜ਼ੁਰਗ ਮਾਤਾ ਗੁਜਰੀ ਅਤੇ ਨਿੱਕੇ ਸਾਹਿਬਜ਼ਾਦੇ, ਸਮੇਂ ਦੀ ਸਰਕਾਰ ਨੇ ਕਸਮਾਂ ਵਾਅਦੇ ਭੁਲਾ ਕੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਹੈ। ਉਹ ਪਰਿਵਾਰ ਦੇ ਨਾਲੋਂ ਵਿਛੜੇ ਨੇ, ਠੰਡ ਦੇ ਨਾਲ ਠਰੇ ਹੋਏ ਨੇ, ਉਹ ਬੱਚੇ ਭੁੱਖੇ ਨੇ, ਉਹਨਾਂ ਦੇ ਵਾਸਤੇ ਮੈਨੂੰ 2 ਪ੍ਰਸ਼ਾਦੇ ਬਣਾ ਕੇ ਦੇ, ਮੈਂ ਉਹਨਾਂ ਬੱਚਿਆਂ ਨੂੰ ਛਕਾ ਕੇ ਅਤੇ ਉਹਨਾਂ ਦੀ ਸੇਵਾ ਕਰ ਸਕਾਂ। ਇਸ ਲਛਮੀ ਨਾਂ ਦੀ ਔਰਤ ਨੇ ਪ੍ਰਸ਼ਾਦੇ ਤਿਆਰ ਕੀਤੇ, ਪ੍ਰਸ਼ਾਦੇ ਤਿਆਰ ਕਰਕੇ ਕਹਿਣ ਲੱਗੀ, ਚੱਲ ਮੈਂ ਵੀ ਤੇਰੇ ਨਾਲ ਉਹਨਾਂ ਦੇ ਦੀਦਾਰੇ ਕਰਕੇ ਆਉਣੀ ਹੈ। ਇਹ ਵੀ ਨਾਲ ਆਈ ਹੈ ਮਾਤਾ ਗੁਜਰੀ ਅਤੇ ਨਿੱਕੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੀਂ ਪ੍ਰਸ਼ਾਦਾ ਛਕਾਇਆ, ਗੱਲਾਂ ਬਾਤਾਂ ਕੀਤੀਆਂ। ਜਦੋਂ ਇਹ ਮਾਤਾ ਦੇ ਕੋਲੋਂ ਤੁਰ ਲੱਗੀ ਨਾ, ਕਹਿੰਦੇ ਮਾਤਾ ਗੁਜਰੀ ਨੇ ਉਸੇ ਸੋਨੇ ਦੀਆਂ ਮੋਹਰਾਂ ਦੀ ਖੁਰਜੀ ਵਿੱਚੋਂ ਸੋਨੇ ਦੀਆਂ ਮੋਹਰਾਂ ਕੱਢੀਆਂ। ਕਹਿੰਦੇ ਆਪਣੀਆਂ ਚੂੜੀਆਂ ਇਹ ਵੀ ਲਛਮੀ ਨਾਂ ਦੀ ਔਰਤ ਨੂੰ ਦਿੱਤੀਆਂ। ਇਹਨੇ ਲੈਣ ਤੋਂ ਇਨਕਾਰ ਕੀਤਾ, ਕਹਿਣ ਲੱਗੀ, ਮਾਂ ਮੈਂ ਸੇਵਾ ਦਾ ਮੁੱਲ ਨਹੀਂ ਲੈਣਾ। ਜਦੋਂ ਅਸੀਂ ਅਨੰਦਪੁਰ ਸਾਹਿਬ ਜਾਂਦੇ ਸੀ ਨਾ, ਤੁਸੀਂ ਸਾਨੂੰ ਝੋਲੀਆਂ ਭਰ ਭਰ ਕੇ ਦਾਤਾਂ ਦੀਆਂ ਵੰਡਦੇ ਸੀ,
ਅੱਜ ਸਾਨੂੰ ਮੌਕਾ ਮਿਲਿਆ ਤੁਹਾਡੀ ਸੇਵਾ ਕਰਨ ਦਾ ਦੁੱਖਾਂ ਦੀਆਂ ਘੜੀਆਂ ਦੇ ਵਿੱਚ, ਅਤੇ ਮਾਂ ਇਹੋ ਜਿਹੀ ਘੜੀ ਵਿੱਚ ਮੈਂ ਇਹ ਸੇਵਾ ਦਾ ਮੁੱਲ ਨਹੀਂ ਲੈਣਾ। ਮਾਂ ਨੇ ਕਿਹਾ, ਧੀਏ ਮੈਂ ਤੈਨੂੰ ਸੇਵਾ ਦਾ ਮੁੱਲ ਨਹੀਂ ਦੇ ਰਹੀ, ਇਹ ਮੋਹਰਾਂ ਇਹ ਚੂੜੀਆਂ ਨਿਸ਼ਾਨੀ ਸਮਝ ਕੇ ਮਾਂ ਦੀ ਰੱਖ ਲਏ, ਪਤਾ ਨਹੀਂ ਅੱਜ ਦੇ ਮਿਲੇ ਫਿਰ ਮੇਲ ਹੋਵੇ ਕਿ ਨਾ ਹੋਵੇ, ਇੱਕ ਮਾਂ ਦੀ ਨਿਸ਼ਾਨੀ ਸਮਝ ਕੇ ਇਹਨਾਂ ਨੂੰ ਸਾਂਭ ਕੇ ਰੱਖੀ। ਕੁਝ ਮੋਹਰਾਂ ਇੱਥੇ ਗੁੰਮੇ ਮਾਸ਼ਕੀ ਨੂੰ ਵੀ ਦਿੱਤੀਆਂ। ਸਾਧ ਸੰਗਤ ਦਿਨ ਚੜ੍ਹਦਾ ਹੈ, ਗੁਰੂ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਜਿਹਦਾ ਨਾਮ ਗੰਗਾ ਰਾਮ ਹੈ, ਇਹ ਵੀ ਖਬਰ ਲੈਂਦਾ ਲੈਂਦਾ ਸਰਸਾ ਦੇ ਕੰਢੇ 'ਤੇ ਆਣ ਪੁੱਜਾ। ਇਹ ਮਾਤਾ ਗੁਜਰੀ ਨੂੰ ਆਣ ਕੇ ਮਿਲਿਆ, ਆਣ ਕੇ ਕਹਿਣ ਲੱਗਾ, ਮਾਂ ਬਹੁਤ ਦੁੱਖਾਂ ਦਾ ਪਹਾੜ ਟੁੱਟਾ ਹੈ, ਹੋ ਸਕਦਾ ਹੈ ਉਦੋਂ ਇਹਦੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਲਾਲਚ ਨਾ ਹੋਵੇ। ਆਣ ਕੇ ਕਹਿਣ ਲੱਗਾ, ਮਾਂ ਬਹੁਤ ਮਾੜਾ ਹੋਇਆ, ਸਮੇਂ ਦੀਆਂ ਸਰਕਾਰਾਂ ਨੇ ਵਾਅਦੇ ਭੁਲਾ ਕੇ ਹਮਲਾ ਕੀਤਾ ਹੈ, ਤੁਸੀਂ ਹੁਣ ਪਰਿਵਾਰ ਦੇ ਨਾਲੋਂ ਵਿਛੜ ਚੁੱਕੇ ਹੋ, ਤੁਹਾਡਾ ਇਸ ਝੁੱਗੀ ਵਿੱਚ ਰਹਿਣਾ ਠੀਕ ਨਹੀਂ, ਆ ਨੇੜੇ ਮੇਰਾ ਪਿੰਡ ਹੈ ਉੱਥੇ ਚੱਲੋ, ਜਿੰਨਾ ਚਿਰ ਤੁਹਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਬਾਰੇ, ਸਿੱਖਾਂ ਬਾਰੇ, ਤੁਹਾਡੀਆਂ ਨਹੁੰਾਂ ਬਾਰੇ, ਵੱਡੇ ਸਾਹਿਬਜ਼ਾਦਿਆਂ ਦੇ ਬਾਰੇ ਕੋਈ ਖਬਰ ਨਹੀਂ ਮਿਲਦੀ, ਤੁਸੀਂ ਮੇਰੇ ਘਰ ਉਨੇ ਦਿਨ ਆਰਾਮ ਦੇ ਨਾਲ ਰਹਿ ਸਕਦੇ ਹੋ। ਮਾਤਾ ਗੁਜਰੀ ਨੇ ਵੇਖਿਆ, ਸਮਝਿਆ ਕਿ ਗੰਗੂ ਦੀ ਗੱਲ ਮੰਨ ਲੈਣੀ ਚਾਹੀਦੀ ਹੈ, ਇੱਥੇ ਵੀ ਰਹਿਣਾ ਠੀਕ ਨਹੀਂ, ਕਿਉਂਕਿ ਪਤਾ ਨਹੀਂ ਕਦੋਂ ਸਰਕਾਰ ਦੇ ਸਿਪਾਹੀ ਆ ਜਾਣ, ਮੇਰੇ ਕੋਲ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਿੱਕੇ ਨਿੱਕੇ ਲਾਲ ਨੇ, ਮੈਂ ਇਹਨਾਂ ਨੂੰ ਲੈ ਕੇ ਹੋਰ ਕਿੱਥੇ ਜਾਵਾਂਗੀ। ਮਾਂ ਨੇ ਗੰਗੂ ਦਾ ਆਸਰਾ ਤੱਕਿਆ, ਇਹਦੇ ਨਾਲ ਇਹਦੇ ਪਿੰਡ ਸਹੇੜੀ ਆ ਗਏ। ਗੰਗੂ ਨੇ ਆਉਂਦਿਆਂ ਸਾਰ ਮਾਂ ਦਾ ਸਮਾਨ ਇੱਕ ਕਮਰੇ ਦੇ ਵਿੱਚ ਟਿਕਾ ਦਿੱਤਾ। ਭੈਣੋ ਧਿਆਨ ਦੇ ਕੇ ਸੁਣਿਓ, ਮੂਲ ਨਾਲੋਂ ਵਿਆਜ ਕਿਵੇਂ ਅਤੇ ਕਿੰਨਾ ਜ਼ਿਆਦਾ ਪਿਆਰਾ ਹੁੰਦਾ ਹੈ। ਦਾਦੀ ਮਾਂ ਦਾ ਸਮਾਨ ਇਹ ਕਮਰੇ ਵਿੱਚ ਟਿਕਾਇਆ, ਟਿਕਾ ਕੇ ਸਮਾਨ ਕਹਿੰਦੇ ਇਹਨੇ ਪਲੰਘ ਵਿਛਾਉਣੇ ਸ਼ੁਰੂ ਕੀਤੇ ਨੇ, ਇੱਕ ਪਲੰਘ ਵਿਛਾਇਆ ਅਤੇ ਦੂਸਰਾ ਵਿਛਾਉਣ ਲੱਗਾ ਹੈ। ਦਾਦੀ ਮਾਂ ਨੇ ਆਵਾਜ਼ ਮਾਰ ਕੇ ਕਿਹਾ, ਵੇ ਪੁੱਤ ਗੰਗਾ ਰਾਮ, ਸਾਨੂੰ ਬਹੁਤੀਆਂ ਪਲੰਘਾਂ ਦੀ ਲੋੜ ਨਹੀਂ, ਸਾਨੂੰ ਤਾਂ ਇੱਕੋ ਹੀ ਪਲੰਘ ਬਥੇਰਾ ਹੈ, ਆਹ ਜਿਹੜੇ ਮੇਰੇ ਨਿੱਕੇ ਨਿੱਕੇ ਪੋਤਰੇ ਹੈ ਨਾ, ਮੈਂ ਕਦੇ ਵੀ ਇਹਨਾਂ ਨੂੰ ਆਪਣੇ ਨਾਲੋਂ ਵੱਖ ਨਹੀਂ ਕੀਤਾ। ਰਾਤ ਨੂੰ ਸੌਣ ਵੇਲੇ ਇੱਕ ਬੰਨੇ ਮੈਂ ਫਤਿਹ ਸਿੰਘ ਨੂੰ ਪਾ ਲੈਂਦੀ ਹਾਂ, ਇੱਕ ਬੰਨੇ ਮੈਂ ਜੋਰਾਵਰ ਸਿੰਘ ਨੂੰ ਪਾ ਲੈਂਦੀ ਹਾਂ, ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਸੌਂ ਜਾਂਦੇ ਹਾਂ, ਸਾਨੂੰ ਬਹੁਤੀਆਂ ਪਲੰਘਾਂ ਦੀ ਲੋੜ ਨਹੀਂ। ਇੱਕ ਪਲੰਘ ਵਿਛਾਇਆ ਗਿਆ, ਇਹਨਾਂ ਬੱਚਿਆਂ ਨੂੰ ਜਲ ਪਾਣੀ ਛਕਾਇਆ ਗਿਆ। ਜਦੋਂ ਦਾਦੀ ਮਾਂ ਬੱਚਿਆਂ ਨੂੰ ਆਰਾਮ ਕਰਨ ਵਾਸਤੇ ਪਲੰਘ ਦੇ ਉੱਤੇ ਬੈਠੀ ਨਾ, ਕਹਿੰਦੇ ਉਹਨੇ ਆਪਣੇ ਸਮਾਨ ਦੇ ਵਿੱਚੋਂ ਉਹ ਸੋਨੇ ਦੀਆਂ ਮੋਹਰਾਂ ਵਾਲੀ ਖੁਰਜੀ ਕੱਢੀ ਅਤੇ ਆਪਣੇ ਸਿਰਹਾਣੇ ਥੱਲੇ ਰੱਖ ਲਈ। ਇਸ ਪਾਪੀ ਦੀ ਨਿਗਾਹ ਉਹਨਾਂ ਸੋਨੇ ਦੀਆਂ ਮੋਹਰਾਂ ਉੱਤੇ ਪੈ ਗਈ ਅਤੇ ਮਨ ਵਿੱਚ ਲਾਲਚ ਜਾਗਿਆ। ਤੁਸੀਂ ਸਿਆਣੇ ਪੁਰਖ ਬੈਠੇ ਹੋ, ਲਾਲਚ ਕਦੋਂ ਆ ਜਾਏ, ਲਾਲਚ ਵਿੱਚ ਬੰਦਾ ਕਦੋਂ ਹਲਕਾ ਹੋ ਜਾਏ ਉਹਨੂੰ ਪਤਾ ਨਹੀਂ ਲੱਗਦਾ। ਕਈ ਵਾਰ ਆਪਾਂ ਘਰਾਂ ਵਿੱਚ ਕੁੱਤੇ ਪਾਲਦੇ ਹਾਂ ਨਾ, ਪਾਲਤੂ ਕੁੱਤੇ, ਯਾਦ ਰੱਖਿਓ ਮਾਲਕ ਕਿੰਨੇ ਰੀਝ ਦੇ ਨਾਲ ਪਾਲਦਾ ਹੈ, ਕਿੰਨਾ ਉਹ ਮਾਲਕ ਦਾ ਵਫਾਦਾਰ ਹੁੰਦਾ ਹੈ, ਪਰ ਜਦੋਂ ਉਹਨੂੰ ਹਲਕਾ ਹੁੰਦਾ ਹੈ ਨਾ, ਉਹ ਆਪਣੇ ਮਾਲਕ ਦੀ ਪਹਿਚਾਣ ਭੁੱਲ ਜਾਂਦਾ ਹੈ, ਆਪਣੇ ਮਾਲਕ ਨੂੰ ਵੀ ਕੱਟਣਾ ਸ਼ੁਰੂ ਕਰ ਦਿੰਦਾ ਹੈ। ਕਿੱਥੇ ਗੰਗੂ ਰਸੋਈਆ, ਇਹਨੇ ਗੁਰੂ ਘਰ ਦਾ ਨਮਕ ਖਾਧਾ, ਗੁਰੂ ਘਰ ਵਿੱਚ ਰਹਿ ਕੇ ਸੇਵਾ ਕੀਤੀ, ਅੱਜ ਇਹਦਾ ਫਰਜ਼ ਸੀ ਸੇਵਾ ਕਰਨ ਦਾ। ਜਦੋਂ ਮੋਹਰਾਂ ਵੇਖੀਆਂ, ਮਨ ਵਿੱਚ ਲਾਲਚ ਦਾ ਕੁੱਤਾ ਭੌਂਕਿਆ, ਇਹਨੇ ਸੋਚਿਆ ਕਿ ਪੋਤਰੇ ਸੌਂ ਗਏ ਨੇ, ਸ਼ਾਇਦ ਦਾਦੀ ਵੀ ਸੌਂ ਗਈ ਹੋਵੇਗੀ।
ਪਰ ਉਸ ਮਾਂ ਦੇ ਨੇਤਰਾਂ ਵਿੱਚ ਨੀਂਦ ਕਿੱਥੋਂ ਜਿਹਦਾ ਪਰਿਵਾਰ ਸਰਸਾ ਦੇ ਕੰਢੇ 'ਤੇ ਵਿਛੜ ਗਿਆ ਹੋਵੇ, ਜਿਹਨੂੰ ਨਾ ਆਪਣੇ ਪੁੱਤ ਬਾਰੇ ਪਤਾ, ਨਾ ਪੋਤਰਿਆਂ ਬਾਰੇ ਖਬਰ, ਨਾ ਨਹੁੰਾਂ ਬਾਰੇ, ਨਾ ਸਿੱਖਾਂ ਬਾਰੇ, ਅਜੇ ਆਪਦਾ ਵੀ ਕੋਈ ਗਿਆਨ ਨਹੀਂ ਵੀ ਪਤਾ ਨਹੀਂ ਇਹਨਾਂ ਦੇ ਨਾਲ ਕੀ ਹੋਵੇਗਾ ਨਿੱਕਿਆਂ ਦੇ ਨਾਲ। ਦਾਦੀ ਮਾਂ ਤੇ ਚਿੰਤਾ ਦੇ ਵਿੱਚ ਡੁੱਬੀ ਹੋਈ ਹੈ, ਮੰਜੇ ਉੱਤੇ ਲੰਮੇ ਪਈ ਹੈ ਪਰ ਸੁੱਤੀ ਨਹੀਂ। ਇਹਦੇ ਮਨ ਵਿੱਚ ਵਿਚਾਰ ਆਇਆ ਵੀ ਸ਼ਾਇਦ ਪੋਤਰੇ ਸੌ ਗਏ ਨੇ ਅਤੇ ਦਾਦੀ ਮਾਂ ਵੀ ਸੌ ਗਈ ਹੋਣੀ। ਇਹ ਦੱਬੇ ਦੱਬੇ ਪੈਰੀਂ ਆਇਆ, ਇਹਨੇ ਸਰਾਣੇ ਥੱਲਿਓਂ ਉਹ ਸੋਨੇ ਦੀਆਂ ਮੋਹਰਾਂ ਵਾਲੀ ਖੁਰਜੀ ਆਣ ਕੇ ਚੁੱਕ ਲਈ। ਉਸ ਵੇਲੇ ਦਾਦੀ ਮਾਂ ਨੇ ਗੰਗੂ ਨੂੰ ਕੁਝ ਨਹੀਂ ਕਿਹਾ, ਰੌਲਾ ਨਹੀਂ ਪਾਇਆ। ਤਵਾਰੀਖ ਦੇ ਪੰਨੇ ਲਿਖਦੇ ਨੇ ਦਿਨ ਚੜ੍ਹਿਆ, ਦਾਦੀ ਮਾਂ ਨੇ ਗੰਗਾ ਰਾਮ ਨੂੰ ਆਵਾਜ਼ ਮਾਰੀ, ਵੇ ਪੁੱਤ ਗੰਗੂ, ਰਾਤ ਉਹ ਸੋਨੇ ਦੀਆਂ ਮੋਹਰਾਂ ਵਾਲੀ ਖੁਰਜੀ ਸਾਂਭ ਲਈ ਹੈ ਨਾ। ਜਦੋਂ ਇਹਨੂੰ ਪਤਾ ਲੱਗਾ ਨਾ ਵੀ ਮਾਂ ਨੂੰ ਤਾਂ ਪਤਾ ਲੱਗ ਗਿਆ ਕਿ ਮੈਂ ਤਾਂ ਸੋਨੇ ਦੀਆਂ ਮੋਹਰਾਂ ਚੋਰੀ ਕੀਤੀਆਂ ਸੀ। ਜਿਹੜਾ ਬੰਦਾ ਚੋਰ ਹੋਵੇ ਚਾਹੇ ਝੂਠਾ ਹੋਵੇ ਨਾ, ਉਹ ਆਪਣੇ ਪਾਪ ਨੂੰ, ਆਪਣੇ ਝੂਠ ਨੂੰ ਛੁਪਾਉਣ ਦੀ ਖਾਤਰ ਕਈ ਪ੍ਰਕਾਰ ਦੇ ਝੂਠ ਹੋਰ ਬੋਲੇਗਾ। ਇਹਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਮਾਂ ਨਾਲੇ ਤਾਂ ਮੈਂ ਸਰਕਾਰ ਦੇ ਬਾਗੀਆਂ ਨੂੰ ਘਰੇ ਪਨਾਹ ਦਿੱਤੀ, ਬਾਹਰ ਰੌਲਾ ਪੈ ਰਿਹਾ ਹੈ। ਇੱਕ ਤਾਂ ਪਨਾਹ ਦੇ ਕੇ ਮੈਂ ਸਰਕਾਰ ਦੇ ਨਾਲ ਦੁਸ਼ਮਣੀ ਮੁੱਲ ਲਈ, ਇੱਕ ਤੁਸੀਂ ਮੇਰੀ ਸੇਵਾ ਦਾ ਚੰਗਾ ਮੁੱਲ ਪਾਇਆ, ਮੈਂ ਤੇਰੀਆਂ ਸੋਨੇ ਦੀਆਂ ਮੋਹਰਾਂ ਕੀ ਕਰਨੀਆਂ ਹੈ। ਮਾਂ ਦੇ ਨਾਲ ਉਲਝਣ ਲੱਗਾ, ਰੌਲਾ ਪਾਉਣ ਲੱਗਾ। ਦਾਦੀ ਮਾਂ ਨੇ ਮੋਢੇ ਤੋਂ ਫੜ ਕੇ ਹਲੂਣਿਆ, ਵੇ ਪੁੱਤ ਗੰਗੂ, ਮੈਂ ਸੋਨੇ ਦੀਆਂ ਮੋਹਰਾਂ ਕੀ ਕਰਨੀਆਂ ਹੈ। ਵੈਸੇ ਵੀ ਇਹ ਮੋਹਰਾਂ ਤੇ ਮੈਂ ਤੈਨੂੰ ਦੇ ਕੇ ਜਾਣੀਆਂ ਸੀ। ਮੈਂ ਤਾਂ ਤੈਨੂੰ ਇੱਕ ਗੱਲ ਕਹਿਣ ਲੱਗੀ ਸੀ ਵੀ ਜਿੰਨਾ ਚਿਰ ਅਸੀਂ ਤੇਰੇ ਘਰ ਰਹੀਏ ਨਾ, ਤੂੰ ਸਾਨੂੰ ਬੋਝ ਨਾ ਸਮਝੀ। ਇਹਨਾਂ ਸੋਨੇ ਦੀਆਂ ਮੋਹਰਾਂ ਨੂੰ ਵੇਚ ਕੇ ਤੂੰ ਖਰਚਾ ਕਰ ਸਕਦਾ ਹੈ, ਇਸ ਮੋਹਰਾਂ ਨੂੰ ਮੈਂ ਕੀ ਕਰਨਾ ਹੈ। ਆ ਮੇਰੇ ਕੋਲ ਦੋ ਕੀਮਤੀ ਮੋਹਰਾਂ ਨੇ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ, ਜੇ ਤੂੰ ਅੱਜ ਇਹਨਾਂ ਦੀ ਸੰਭਾਲ ਕਰ ਲਵੇਂਗਾ, ਇਹਨਾਂ ਦੀ ਦੇਖਭਾਲ ਕਰ ਲਵੇਂਗਾ, ਤੇ ਯਾਦ ਰੱਖੀ ਜਦੋਂ ਮੇਰਾ ਪੁੱਤਰ ਮੈਨੂੰ ਮਿਲਿਆ ਨਾ ਗੋਬਿੰਦ ਸਿੰਘ, ਤੇ ਮੈਂ ਉਹਨੂੰ ਕਹਿ ਕੇ ਆ ਜਿਹੜਾ ਤੇਰਾ ਘਰ ਹੈ ਨਾ ਸੋਨੇ ਦੀਆਂ ਮੋਹਰਾਂ ਦੇ ਨਾਲ ਭਰ ਦਿਆਂਗੀ। ਫਿਕਰ ਨਾ ਕਰੀ, ਜਿੰਨਾ ਧਨ ਮੰਗੇਗਾ ਮੈਂ ਤੈਨੂੰ ਧਨ ਦੇ ਦਿਆਂਗੀ। ਅੱਜ ਤੈਨੂੰ ਲੋੜ ਹੈ ਇਹਨਾਂ ਹੀਰਿਆਂ ਨੂੰ ਸਾਂਭਣ ਦੀ। ਪਰ ਇਹਦੇ ਅੰਦਰ ਹੋਰ ਲਾਲ ਜਾਗਿਆ, ਬਾਹਰੋਂ ਢੋਲ ਵੱਜਾ, ਢੋਲਚੀ ਨੇ ਆਵਾਜ਼ ਦੇ ਕੇ ਕਿਹਾ, ਬਾਗੀ ਗੁਰੂ ਦੇ ਬਾਰੇ, ਪਰਿਵਾਰ ਦੇ ਬਾਰੇ ਜਿਹੜਾ ਵੀ ਕੋਈ ਖਬਰ ਦੇਵੇਗਾ ਨਾ, ਸਰਕਾਰ ਉਹਨੂੰ ਮੂੰਹ ਮੰਗਿਆ ਨਾਮ ਦੇਵੇਗੀ। ਅੰਦਰ ਹੋਰ ਲਾਲਚ ਦੌੜਿਆ, ਇਹ ਦੌੜ ਕੇ ਗਿਆ ਮਰਿੰਡੇ ਥਾਣੇ ਦੇ ਵਿੱਚ, ਉੱਥੇ ਜਾ ਕੇ ਕਹਿਣ ਲੱਗਾ, ਜਿਸ ਗੁਰੂ ਨੂੰ ਲੱਭਣ ਵਾਸਤੇ, ਜਿਸ ਗੁਰੂ ਨੂੰ ਫੜਨ ਵਾਸਤੇ ਸਮੇਂ ਦੀ ਸਰਕਾਰ ਨੇ ਪੂਰਾ ਜ਼ੋਰ ਲਾਇਆ, ਗੁਰੂ ਉਹਨਾਂ ਦੇ ਹੱਥ ਨਹੀਂ ਆਇਆ। ਚਲੋ ਉਸ ਗੁਰੂ ਦੀ ਬਜ਼ੁਰਗ ਮਾਤਾ ਤੇ ਨਿੱਕੇ ਸਾਹਿਬਜ਼ਾਦੇ ਮੇਰੇ ਘਰ ਲੁੱਕ ਕੇ ਬੈਠੇ ਨੇ, ਪਾਪੀ ਝੂਠ ਬੋਲਦਾ ਹੈ, ਆਪ ਲੈ ਕੇ ਆਇਆ, ਉਲਟਾ ਉਹਨਾਂ ਨੂੰ ਕਿਹਾ ਕਿ ਮੇਰੇ ਘਰ ਲੁੱਕ ਕੇ ਬੈਠੇ ਨੇ। ਦੋ ਸਿਪਾਹੀ ਚੜ੍ਹ ਕੇ ਆਏ, ਜਾਨੀ ਖਾਂ ਤੇ ਮਾਨੀ ਖਾਂ। ਇੱਥੇ ਵੱਖੋ ਵੱਖਰੇ ਵਿਦਵਾਨ ਵੱਖੋ ਵੱਖਰੀਆਂ ਰਾਇਆਂ ਲਿਖਦੇ ਨੇ। ਦੁੱਨਾ ਸਿੰਘ ਹੰਡੂਰੀਆ ਲਿਖਦਾ ਹੈ ਕਿ ਜਦੋਂ ਇਹ ਸਿਪਾਹੀ ਆਏ ਨਾ, ਇਹਨਾਂ ਨੇ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ, ਬੋਰੀਆਂ ਦੇ ਵਿੱਚ ਪਾ ਕੇ ਤੇ ਉੱਪਰੋਂ ਮੂੰਹ ਬੰਨ ਲੈ ਗਏ। ਦਾਦੀ ਮਾਂ ਦੇ ਮੁੱਖ ਦੇ ਉੱਤੇ ਮਿਰਚਾਂ ਵਾਲੀ ਬੋਰੀ ਨੂੰ ਬੰਨਿਆ ਗਿਆ। ਇੰਨੇ ਤਸੀਹੇ ਦਿੱਤੇ ਜਿਵੇਂ ਸਮੇਂ ਦੀ ਸਰਕਾਰ ਬਾਗੀਆਂ ਨੂੰ ਦਿੰਦੀ। ਕਈ ਵਾਰ ਆਪਾਂ ਨਾ ਆਹ ਮੋਬਾਈਲਾਂ ਵਿੱਚ ਬਾਹਰਲੇ ਦੇਸ਼ਾਂ ਦੀਆਂ ਵੀਡੀਓ ਵੇਖਦੇ ਹਾਂ, ਜਿਹੜੇ ਲੋਕ ਉਹਨਾਂ ਨੂੰ ਉਹ ਬਾਗੀ ਮੰਨਦੇ ਆ ਨਾ,
ਉਹਨਾਂ ਨੂੰ ਕਿੱਡੇ ਕਰੜੇ ਤਸੀਹੇ ਦਿੰਦੇ ਨੇ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲਾਂ ਨੂੰ ਤਸੀਹੇ ਦਿੱਤੇ ਗਏ। ਇੱਕ ਵਿਦਵਾਨ ਲਿਖਦਾ ਹੈ ਕਿ ਨਿੱਕੇ ਨਿੱਕੇ ਸਾਹਿਬਜ਼ਾਦਿਆਂ ਨੂੰ ਹੱਥ ਘੜੀਆਂ, ਪੈਰਾਂ ਨੂੰ ਬੇੜੀਆਂ ਮਾਰ ਕੇ ਜਦੋਂ ਦਾਦੀ ਮਾਂ ਗੰਗੂ ਦੇ ਘਰੋਂ ਤੁਰ ਲੱਗੀ ਨਾ, ਜਾਂਦੀ ਵਾਰ ਕਹਿੰਦੀ ਵੇ ਗੰਗੂ, ਜਿੰਨਾ ਮੋਹਰਾਂ ਦੀ ਖਾਤਰ, ਜਿੰਨਾ ਪੈਸਿਆਂ ਦੀ ਖਾਤਰ ਤੂੰ ਆ ਪਾਪ ਕਮਾਇਆ ਹੈ ਨਾ, ਧਰੋ ਕਮਾਇਆ ਹੈ, ਇੱਕ ਦਿਨ ਯਾਦ ਰੱਖੀ, ਇਹੀ ਮੋਹਰਾਂ ਤੇ ਇਹੀ ਪੈਸੇ ਤੇਰੀ ਅੰਤ ਦਾ, ਤੇਰੀ ਮੌਤ ਦਾ ਕਾਰਨ ਬਣਨਗੇ। ਲੰਮਾ ਇਤਿਹਾਸ ਹੈ, ਜਦੋਂ ਸਮੇਂ ਦੀ ਸਰਕਾਰ ਨੇ ਕਿਤੇ ਪੜਤਾਲ ਕਰਾਈ ਨਾ ਕਿ ਉਹ ਮੋਹਰਾਂ ਕਿੱਥੇ ਨੇ, ਉਹੀ ਮੋਹਰਾਂ ਗੰਗੂ ਦੀ ਮੌਤ ਦਾ ਕਾਰਨ ਬਣਦੀਆਂ। ਯਾਦ ਰੱਖਿਓ ਗੁਰੂ ਕੇ ਸਿੱਖੋ, ਇੱਕ ਰਾਤ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲਾਂ ਨੇ ਤੇ ਮਾਤਾ ਗੁਜਰੀ ਨੇ ਉਸ ਮਰਿੰਡੇ ਠਾਣੇ ਦੇ ਵਿੱਚ ਕੱਟੀ। ਏਡਾ ਪਹਿਰਾ ਸਖਤ ਲੱਗਾ ਏ ਕਿ ਸਾਰੀ ਰਾਤ ਬੱਚੇ ਧਰਤੀ ਤੇ ਬੈਠ ਨਹੀਂ ਸਕਦੇ, ਹੱਥਾਂ ਨੂੰ ਹੱਥ ਘੜੀਆਂ, ਪੈਰਾਂ ਨੂੰ ਬੇੜੀਆਂ, ਸਾਰੀ ਰਾਤ ਦਾਦੀ ਮਾਂ ਤੇ ਬੱਚਿਆਂ ਨੇ ਉਸ ਅਕਾਲ ਪੁਰਖ ਪਰਮਾਤਮਾ ਦੇ ਭਰੋਸੇ ਤੇ ਵਿਸ਼ਵਾਸ ਸਿਦਕ ਬਣਾ ਕੇ ਮਰਿੰਡੇ ਠਾਣੇ ਵਿੱਚ ਰਾਤ ਕੱਟੀ। ਨਾ ਬੱਚਿਆਂ ਨੂੰ ਖਾਣ ਵਾਸਤੇ ਕੋਈ ਪਦਾਰਥ, ਨਾ ਕੋਈ ਪੀਣ ਵਾਸਤੇ, ਨਾ ਕੋਈ ਤਨ ਢੱਕਣ ਵਾਸਤੇ ਕੱਪੜਾ, ਪੋਹ ਦੀ ਠੰਡ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ 7 ਤੇ 9 ਸਾਲ ਦੇ ਛੋਟੇ ਸਾਹਿਬਜ਼ਾਦੇ ਤੇ 82 ਸਾਲ ਦੀ ਬਜ਼ੁਰਗ ਮਾਤਾ ਉਹਨਾਂ ਦੇ ਨਾਲ। ਦਿਨ ਰਾਤੋ ਰਾਤ ਜਾਨੀ ਖਾਂ, ਮਾਨੀ ਖਾਂ, ਗੰਗੂ ਤਿੰਨੇ ਜਾਣੇ ਸੂਬਾ ਵਜ਼ੀਰ ਖਾਂ ਦੇ ਕੋਲ ਸਰਹੰਦ ਪਹੁੰਚਦੇ ਨੇ। ਜਾਂਦਿਆਂ ਨੂੰ ਇਹਨੇ ਸਿਰ ਨੀਵਾਂ ਕਰਕੇ ਇਹ ਬੈਠਾ ਹੋਇਆ ਹੈ, ਜਾ ਕੇ ਕਹਿਣ ਲੱਗੇ ਸੂਬਾ ਵਜ਼ੀਰ ਖਾਂ ਨੀਵੀਂ ਕਿਉਂ ਪਾਈ ਹੈ? ਕਹਿੰਦਾ ਸਿਰ ਕਿਵੇਂ ਤਾਂ ਕਰਾਂ, ਲੰਮਾ ਘੇਰਾ ਆਨੰਦਪੁਰ ਸਾਹਿਬ ਨੂੰ ਪਾ ਛੱਡਿਆ, ਮੈਂ ਉੱਥੇ ਗੁਰੂ ਗੋਬਿੰਦ ਸਿੰਘ ਨੂੰ ਫੜ ਨਹੀਂ ਸਕਿਆ, ਸਰਸਾ ਤੇ ਜੰਗ ਹੋਇਆ, ਮੈਂ ਉੱਥੇ ਗੁਰੂ ਦਾ ਕੁਝ ਵਿਗਾੜ ਨਹੀਂ ਸਕਿਆ, ਚਮਕੌਰ ਦੀ ਜੰਗ ਹੋਈ, ਮੈਂ ਉੱਥੇ ਨਾ ਗੁਰੂ ਨੂੰ ਫੜ ਸਕਿਆ, ਸਿਰ ਕਿਵੇਂ ਉੱਚਾ ਕਰਾਂ, ਸ਼ਰਮ ਦੇ ਨਾਲ ਮੇਰਾ ਤੇ ਸਿਰ ਨੀਵਾਂ ਹੋਇਆ ਪਿਆ ਏ। ਇੰਨੀਆਂ ਫੌਜਾਂ ਦੇ ਬਾਵਜੂਦ ਵੀ ਮੈਂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਵਾਲ ਨਹੀਂ ਵਿੰਗਾ ਕਰ ਪਾਇਆ। ਯਾਦ ਰੱਖਿਓ, ਇਹਨਾਂ ਨੇ ਕਿਹਾ ਸੂਬਾ ਵਜ਼ੀਰ ਖਾਂ ਘਬਰਾ ਨਾ, ਸਿਰ ਉੱਚਾ ਕਰ, ਤੈਨੂੰ ਅਸੀਂ ਖੁਸ਼ੀ ਦੀ ਖਬਰ ਦਿੰਦੇ ਹਾਂ, ਜਿਸ ਗੁਰੂ ਨੂੰ ਫੜਨ ਵਾਸਤੇ ਤੂੰ ਏਡਾ ਵੱਡਾ ਯਤਨ ਕੀਤਾ ਉਹ ਗੁਰੂ ਤੇਰੇ ਹੱਥ ਨਹੀਂ ਆਇਆ। ਯਾਦ ਰੱਖੀ ਉਸ ਗੁਰੂ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਅਸੀਂ ਮਰਿੰਡੇ ਠਾਣੇ ਵਿੱਚ ਬੰਦੀ ਬਣਾ ਕੇ ਰੱਖੇ ਨੇ। ਜਦੋਂ ਇਹਨੇ ਖਬਰ ਸੁਣੀ ਇਹਦੇ ਚਿਹਰੇ ਦਾ ਰੰਗ ਚਮਕਿਆ, ਕੜਕ ਕੇ ਕਹਿਣ ਲੱਗਾ ਜਿਸ ਗੋਬਿੰਦ ਸਿੰਘ ਨੂੰ ਮੈਂ ਆਨੰਦਪੁਰ ਸਾਹਿਬ ਨਹੀਂ ਫੜ ਪਾਇਆ, ਸਰਸਾ ਦੇ ਕੰਢੇ ਚਮਕੌਰ ਅੱਗੇ ਅੱਗੇ ਭੱਜਦਾ ਏ, ਮੈਂ ਵੇਖਾਂਗਾ ਕਿ ਹੁਣ ਆਪਣੇ ਪੁੱਤਰਾਂ ਦੇ ਤੇ ਮਾਤਾ ਦੇ ਮੋਹ ਵਿੱਚ ਵੱਜਾ ਹੋਇਆ ਗੋਬਿੰਦ ਸਿੰਘ ਆਪਣੇ ਆਪ ਆਣ ਕੇ ਮੇਰੇ ਚਰਨਾਂ ਵਿੱਚ ਆਪਣੇ ਗੋਡੇ ਟੇਕ ਦੇਵੇਗਾ। ਜਿਸ ਗੁਰੂ ਨੂੰ ਇਹ ਝੁਕਾਉਣਾ ਚਾਹੁੰਦਾ ਏ ਉਸ ਗੁਰੂ ਦੇ ਸਾਹਮਣੇ ਤਾਂ ਦੁਨੀਆਂ ਦੀ ਸਾਰੀ ਕਾਇਨਾਤ ਝੁਕਦੀ ਹੈ, ਇਹ ਭੁਲੇਖਾ ਏ ਇਸ ਇਨਸਾਨ ਦਾ। ਕਹਿਣ ਲੱਗਾ ਫਟਾਫਟ ਦਿਨ ਚੜ੍ਹਦਿਆਂ ਸਾਰ ਇਹਨਾਂ ਬੱਚਿਆਂ ਨੂੰ ਲਿਆ ਕੇ ਤੇ ਸਰਹੰਦ ਮੇਰੇ ਸਾਹਮਣੇ ਪੇਸ਼ ਕਰੋ। ਇਹ ਆਏ ਨੇ ਸਰਕਾਰੀ ਇਨਾਮ ਪ੍ਰਾਪਤ ਕਰਕੇ ਮਰਿੰਡੇ ਠਾਣੇ ਵਿੱਚੋਂ, ਦਿਨ ਚੜ੍ਹਦਿਆਂ ਸਾਰ ਇਹਨਾਂ ਬੱਚਿਆਂ ਨੂੰ ਗੱਡਿਆਂ ਤੇ ਸਵਾਰ ਕਰਕੇ ਉਸੇ ਤਰ੍ਹਾਂ ਹੱਥਾਂ ਨੂੰ ਹੱਥ ਘੜੀਆਂ, ਪੈਰਾਂ ਨੂੰ ਬੇੜੀਆਂ, ਜਿਵੇਂ ਇਹਨਾਂ ਨੇ ਕੋਈ ਬੜਾ ਵੱਡਾ ਗੁਨਾਹ ਕੀਤਾ ਹੋਵੇ, ਕਹਿੰਦੇ ਗੱਡਿਆਂ ਤੇ ਬਿਠਾ ਕੇ ਤੇ ਸਰਹੰਦ ਵੱਲੋਂ ਲੈ ਕੇ ਤੁਰੇ ਜਾਂਦੇ ਨੇ। ਦੁੱਨਾ ਸਿੰਘ ਹੰਡੂਰੀਆ ਲਿਖਦਾ ਹੈ ਕਿ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲ ਇਹਨਾਂ ਨੇ ਗੱਡਿਆਂ ਤੇ ਬਿਠਾ ਕੇ ਮਾਤਾ ਗੁਜਰੀ ਨੂੰ ਤੋਰਿਆ ਨਾ, ਕੁਝ ਲੋਕ ਤਾਂ ਉੱਥੇ ਹਮਦਰਦ ਨੇ ਜਿਨ੍ਹਾਂ ਦੇ ਅੰਦਰ ਪਿਆਰ ਹੈ,
ਅੱਖਾਂ ਵਿੱਚੋਂ ਅੱਥਰੂ ਵਹਿੰਦੇ ਨੇ ਪਰ ਮੁੱਖੋਂ ਕੁਝ ਬੋਲ ਨਹੀਂ ਪਾਉਂਦੇ ਕਿਉਂਕਿ ਸਮੇਂ ਦੀ ਸਰਕਾਰ ਤੋਂ ਡਰਦੇ ਨੇ। ਮੂੰਹ ਵਿੱਚ ਉਂਗਲਾਂ ਪਾ ਕੇ ਨਾਲੇ ਸਮੇਂ ਦੀ ਸਰਕਾਰ ਨੂੰ ਲਾਹਣਤਾ ਪਾਉਂਦੇ ਨੇ ਤੇ ਨਾਲੇ ਗੰਗੂ ਨੂੰ ਲਾਹਣਤਾ ਪਾਉਂਦੇ ਨੇ। ਕੁਝ ਲੋਕ ਐਸੇ ਨੇ ਜਿਹੜੇ ਗੁਰੂ ਘਰ ਦੇ ਨਾਲ ਈਰਖਾ ਵੀ ਰੱਖਦੇ ਨੇ। ਦੁੰਨਾ ਸਿੰਘ ਹੰਡੂਰੀਆ ਲਿਖਦਾ ਏ ਕਿ ਜਦੋਂ ਮਹਾਰਾਜ ਦੇ ਬੱਚੇ ਮਰਿੰਡੇ ਤੋਂ ਸਰਹੰਦ ਵੱਲ ਨੂੰ ਤੁਰੇ ਨਾ, ਕਈਆਂ ਲੋਕਾਂ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲਾ ਨੂੰ ਪੱਥਰ ਵੀ ਮਾਰੇ, ਵੱਟੇ ਵੀ ਮਾਰੇ ਔਰ ਕਈ ਤਰ੍ਹਾਂ ਦੇ ਰਸਤੇ ਵਿੱਚ ਉਹਨਾਂ ਉੱਤੇ ਹਮਲੇ ਵੀ ਕੀਤੇ। ਉਹ ਕਸਾਈਓ, ਅਜੇ ਤਾਂ ਇਹ ਬੱਚਿਆਂ ਨੂੰ ਚੰਗੀ ਤਰ੍ਹਾਂ ਬੋਲਣਾ ਵੀ ਨਾ ਆਉਂਦਾ, ਇਹਨਾਂ ਨੇ ਤੁਹਾਡਾ ਕੀ ਗਵਾਇਆ ਹੈ? ਪਰ ਧਰਮ ਦੇ ਰਾਹ ਤੇ ਚੱਲਣ ਵਾਲਿਆਂ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਹੈ। ਜਿਹੜੇ ਇਸ ਮਾਰਗ ਤੇ ਤੁਰ ਪੈਂਦੇ ਆ ਨਾ, ਉਹ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ, ਉਹ ਤੇ ਮੁੱਖ ਦੇ ਵਿੱਚੋਂ ਪੜਦੇ ਨੇ ਪਹਿਲਾ ਮਰਨ ਕਬੂਲ। ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲ ਤੇ ਮਾਤਾ ਗੁਜਰੀ ਸਰਹੰਦ ਦੇ ਅੰਦਰ ਪੁੱਜੇ ਨੇ। ਸੂਬੇ ਵਜ਼ੀਰ ਖਾਨ ਨੇ ਕਚਹਿਰੀ ਲਗਾ ਦਿੱਤੀ ਹੈ, ਆਪਣੇ ਸਿਪਾਹੀਆਂ ਨੂੰ ਕਹਿਣ ਲੱਗਾ ਇਕੱਲੇ ਪੋਤਿਆਂ ਨੂੰ ਕਚਹਿਰੀ ਵਿੱਚ ਲੈ ਕੇ ਆਇਆ ਜੇ, ਦਾਦੀ ਮਾਂ ਨੂੰ ਨਾਲ ਨਾ ਲੈ ਕੇ ਆਇਓ। ਜਿਹੜੀਆਂ ਗੱਲਾਂ ਅਸੀਂ ਬੱਚਿਆਂ ਦੇ ਨਾਲ ਕਰਨੀਆਂ ਹੈ, ਜਿਹੜੀਆਂ ਇੰਨਾ ਅਸੀਂ ਇਹਨਾਂ ਬੱਚਿਆਂ ਨੂੰ ਮਨਾਉਣੀਆਂ ਹੈ ਨਾ, ਜੇ ਦਾਦੀ ਨਾਲ ਹੋਈ ਤੇ ਇਹਨਾਂ ਬੱਚਿਆਂ ਨੇ ਸਾਡੀਆਂ ਗੱਲਾਂ ਨਹੀਂ ਮੰਨਣੀਆਂ। ਦਾਦੀ ਨੂੰ ਨਾ ਲੈ ਕੇ ਆਇਓ, ਇਕੱਲੇ ਪੋਤਿਆਂ ਨੂੰ ਲੈ ਕੇ ਆਇਓ। ਸਿਪਾਹੀ ਆਏ, ਆਣ ਕੇ ਕਹਿਣ ਲੱਗੇ ਮਾਂ ਅਸੀਂ ਤੇਰੇ ਪੋਤਰਿਆਂ ਨੂੰ ਕਚਹਿਰੀ 'ਚ ਪੇਸ਼ ਕਰਨਾ ਹੈ। ਮਾਂ ਕਹਿਣ ਲੱਗੀ ਵੀ ਇਹਨਾਂ ਦਾ ਕੀ ਕਸੂਰ ਹੈ, ਇਹਨਾਂ ਦਾ ਗੁਨਾਹ ਕੀ ਹੈ, ਇਹਨਾਂ ਨੇ ਕੀ ਅਪਰਾਧ ਕੀਤਾ ਹੈ? ਜੇ ਕਚਹਿਰੀ ਜਾਣਾ ਹੈ ਤੇ ਮੈਂ ਜਾਣੀ ਹਾਂ, ਅਜੇ ਤਾਂ ਚੰਗੀ ਤਰ੍ਹਾਂ ਇਹਨਾਂ ਨੂੰ ਗੱਲ ਨਹੀਂ ਕਰਨੀ ਆਉਂਦੀ, 7 ਤੇ 9 ਸਾਲ ਦੇ ਨਿੱਕੇ ਨਿਆਣੇ ਨੇ, ਚਲੋ ਮੈਂ ਚੱਲਦੀ। ਕਹਿਣ ਲੱਗੇ ਨਹੀਂ ਮਾਂ, ਹੁਕਮ ਹੈ ਸਰਕਾਰ ਦਾ, ਮਾਂ ਨੂੰ ਨਹੀਂ ਕੇਵਲ ਛੋਟੇ ਸਾਹਿਬਜ਼ਾਦਿਆਂ ਨੂੰ ਕਚਹਿਰੀ 'ਚ ਪੇਸ਼ ਕਰਨਾ ਹੈ। ਹੁਣ ਦਾਦੀ ਮਾਂ ਨੇ ਸਮੇਂ ਨੂੰ ਭਾਫਿਆ ਕਿ ਸਮੇਂ ਦੀ ਸਰਕਾਰ ਦੀ ਨੀਅਤ ਚੰਗੀ ਨਹੀਂ, ਇਹਨਾਂ ਬੱਚਿਆਂ ਦੇ ਸਾਹਮਣੇ ਵੱਡੇ ਇਮਤਿਹਾਨ, ਵੱਡੀਆਂ ਪ੍ਰੀਖਿਆਵਾਂ ਹੋਣਗੀਆਂ। ਛਾਤੀ ਨਾਲ ਲਾ ਕੇ ਉਹਨਾਂ ਦੇ ਕੰਨਾਂ ਵਿੱਚ ਕੁਝ ਗੱਲਾਂ ਕਹੀਆਂ, ਮੇਰੇ ਲਾਲ ਜੀ ਕਚਹਿਰੀ ਵਿੱਚ ਤੁਹਾਨੂੰ ਲਾਲਚ, ਡਰਾਵੇ, ਧਰਮ ਤੋਂ ਤਬਦੀਲ ਕਰਨ ਵਾਸਤੇ ਬੜਾ ਕੁਝ ਪਰੋਸਿਆ ਜਾਏਗਾ। ਸਾਰਿਆਂ ਨੂੰ ਠੋਕਰ ਮਾਰ ਕੇ ਦਾਦੀ ਦੀ ਇੱਕ ਗੱਲ ਪੱਲੇ ਨਾਲ ਬੰਨ ਲਓ, ਤੁਹਾਡੇ ਦਾਦਾ ਗੁਰੂ ਵੀ ਧਰਮ ਦੀ ਖਾਤਰ, ਉਹਨਾਂ ਨੇ ਆਪਣਾ ਸੀਸ ਦਿੱਤਾ ਧਰਮ ਦੀ ਖਾਤਰ, ਜੇ ਜਾਨ ਵੀ ਦੇਣੀ ਪੈ ਗਈ ਤੇ ਜਾਨ ਦੇ ਦਿਓ, ਪਰ ਆਪਣੇ ਧਰਮ ਤੋਂ ਡੋਲਿਓ ਨਾ। ਦਾਦੀ ਦੀਆਂ ਗੱਲਾਂ ਪੋਤਿਆਂ ਨੇ ਪੱਲੇ ਨਾਲ ਘੁੱਟ ਕੇ ਬੰਨ ਲਈਆਂ। ਕਚਹਿਰੀ ਤੇ ਬੱਚੇ ਆਏ, ਆਉਂਦਿਆਂ ਸਾਰ ਗਰਜਵੀਂ ਆਵਾਜ਼ ਵਿੱਚ ਆਖਿਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਦੇ ਨਾਲ ਕਚਹਿਰੀ ਗੂੰਜ ਉੱਠੀ ਹੈ। ਸੂਬਾ ਵਜ਼ੀਰ ਖਾਂ ਦੇ ਸਿਪਾਹੀ ਕਹਿਣ ਲੱਗੇ, ਇਹ ਤੁਹਾਡੇ ਪਿਤਾ ਗੁਰੂ ਦਾ ਦਰਬਾਰ ਨਹੀਂ, ਇਹ ਸੂਬੇ ਵਜ਼ੀਰ ਖਾਂ ਦੀ ਕਚਹਿਰੀ ਹੈ, ਇੱਥੇ ਝੋਕੇ ਸਲਾਮ ਕਰਨਾ ਪੈਂਦਾ, ਸਲਾਮ ਕਰੋ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲ ਕਹਿਣ ਲੱਗੇ, ਸੂਬਾ ਵਜ਼ੀਰ ਖਾਂ ਇਹ ਸਿਰ ਤੇ ਸਿਰ ਤੇ ਜਿਹੜੀ ਦਸਤਾਰ ਹੈ ਨਾ, ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਅਮਾਨਤ ਹੈ, ਇਹ ਸਿਰ ਕੇਵਲ ਤਾਂ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਝੁਕਦਾ ਹੈ, ਕਿਸੇ ਐਰੇ ਗੈਰੇ ਅੱਗੇ ਨਹੀਂ ਝੁਕਦਾ। ਤੇ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਹੈ, ਜਦੋਂ ਕਿਸੇ ਨੂੰ ਮਿਲਣ ਜਾਣਾ ਹੋਵੇ ਨਾ, ਗਰਜਵੀਂ ਆਵਾਜ਼ ਸਭ ਤੋਂ ਪਹਿਲਾਂ ਜਾ ਕੇ ਫਤਿਹ ਬੁਲਾਈ ਦੀ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲਾ ਨੇ ਕੜਕਵੀਂ ਆਵਾਜ਼ ਵਿੱਚ ਜਵਾਬ ਦਿੱਤਾ। ਫਿਰ ਇਹਨਾਂ ਬੱਚਿਆਂ ਦੇ ਨਾਲ
ਮਿੱਠੀਆਂ ਮਿੱਠੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਗਈ। ਲਾਲਚ ਦਿੱਤੇ ਗਏ ਕਿ ਤੁਸੀਂ ਤਾਂ ਵੱਡਿਆਂ ਭਾਗਾਂ ਵਾਲੇ ਹੋ, ਅੱਲਾਹ ਤਾਲਾ ਦੀ ਤੁਹਾਡੇ ਤੇ ਕਿਰਪਾ ਹੈ ਕਿ ਤੁਸੀਂ ਆਨੰਦਪੁਰ ਸਾਹਿਬ ਬਚੇ ਰਹੇ, ਸਰਸਾ ਦੇ ਕੰਢੇ ਤੇ ਬਚੇ ਰਹੇ। ਤੁਹਾਡਾ ਵਾਲ ਵਿੰਗਾ ਨਹੀਂ ਹੋਇਆ, ਤੁਹਾਡੇ ਪਿਤਾ ਗੁਰੂ ਨੂੰ ਵੀ ਖਤਮ ਕਰ ਦਿੱਤਾ ਹੈ, ਤੁਹਾਡੇ ਭਰਾਵਾਂ ਨੂੰ ਵੀ ਮਾਰ ਦਿੱਤਾ ਹੈ, ਤੁਹਾਡੇ ਸਿੱਖਾਂ ਨੂੰ ਵੀ ਮਾਰ ਦਿੱਤਾ ਹੈ, ਤੁਸੀਂ ਤੇ ਤੁਹਾਡੀ ਦਾਦੀ ਹੁਣ ਇਕੱਲੇ ਰਹਿ ਗਏ ਹੋ। ਜੇ ਆਪਣੀ ਜਾਨ ਬਚਾਉਣੀ ਚਾਹੁੰਦੇ ਹੋ ਨਾ, ਕਲਮਾ ਪੜ੍ਹ ਕੇ ਤੇ ਮੁਸਲਮਾਨ ਬਣ ਜਾਓ, ਈਨ ਪ੍ਰਵਾਨ ਕਰ ਲਓ, ਜੋ ਮੰਗੋਗੇ ਤੁਹਾਨੂੰ ਦੇ ਦਿੱਤਾ ਜਾਏਗਾ। ਹੁਣ ਬੱਚਿਆਂ ਦੇ ਸਾਹਮਣੇ ਕਈ ਵਾਰ ਛੋਟੀ ਜਿਹੀ ਚੌਕਲੇਟ ਦੇ ਕੇ ਨਾ ਆਪਾਂ ਲਾਲਚ ਦੇ ਕੇ ਬੱਚੇ ਤੋਂ ਜਿਹੜਾ ਮਰਜ਼ੀ ਕੰਮ ਕਰਾ ਲੈਣਾ, ਬੱਚੇ ਤੇ ਛੱਡੋ। ਅੱਜ ਦੇ ਯੁੱਗ ਅੰਦਰ ਐਸੇ ਲੋਕ ਵੇਖੇ ਜਾਂਦੇ ਨੇ ਜਿਹੜੇ ਪੈਸਿਆਂ ਦੀ ਖਾਤਰ ਆਪਣਾ ਧਰਮ ਤਬਦੀਲ ਕਰ ਲੈਂਦੇ ਨੇ। ਸਿਆਣੇ ਬਿਆਣੇ ਕੋਈ ਲਾਲਚ ਦੇਵੇ ਨਾ ਵੀ ਇੰਨੇ ਪੈਸੇ ਲੈ ਲਓ, ਇਸ ਧਰਮ ਵਿੱਚ ਆ ਜਾਓ। ਆ ਰੋਜ਼ ਆਪਾਂ ਖਬਰਾਂ ਵੇਖਦੇ ਹਾਂ, ਖਬਰਾਂ ਪੜ੍ਹਦੇ ਹਾਂ, ਸੁਣਦੇ ਹਾਂ, ਪੈਸੇ ਲੈ ਕੇ ਚੰਗੇ ਭਲੇ ਲੋਕ ਧਰਮ ਤਬਦੀਲ ਕਰ ਲੈਂਦੇ ਨੇ, ਪਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ 7 ਤੇ 9 ਸਾਲ ਦੇ ਸਾਹਿਬਜ਼ਾਦੇ ਜਿਨ੍ਹਾਂ ਦੇ ਸਾਹਮਣੇ ਦੁਨੀਆਂ ਦੇ ਸੁੱਖਾਂ ਦੇ ਢੇਰ ਲਾ ਦਿੱਤੇ ਗਏ, ਜੁੱਤੀ ਦੀ ਨੋਕ ਨਾਲ ਠੁੱਕਰ ਮਾਰ ਕੇ ਕਹਿਣ ਲੱਗੇ ਸੂਬਾ ਵਜ਼ੀਰ ਖਾਂ, ਸਾਨੂੰ ਕੇਵਲ ਤਾਂ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿੱਖੀ ਚਾਹੀਦੀ ਹੈ, ਅਸੀਂ ਉਹਦੇ ਬਹਾਦਰ ਸਪੁੱਤਰ ਹਾਂ। ਇਹ ਸਰੀਰ ਚੋਂ ਪ੍ਰਾਣ ਤਾਂ ਨਿਕਲ ਸਕਦੇ ਹੈ, ਪਰ ਇਹ ਕਲਮਾ ਪੜ੍ਹ ਕੇ ਮੁਸਲਮਾਨ ਨਹੀਂ ਬਣ ਸਕਦਾ। ਨਾ ਡੋਲੇ, ਸੂਬਾ ਵਜ਼ੀਰ ਖਾਂ ਕੜਕ ਕੇ ਬੋਲਿਆ, ਕਹਿਣ ਲੱਗਾ ਜਾਓ ਇਹਨਾਂ ਨੂੰ ਠੰਡੇ ਬੁਰਜ ਵਿੱਚ ਬੰਦੀ ਬਣਾ ਕੇ ਰੱਖੋ, ਇਸ ਠੰਡ ਦੇ ਨਾਲ ਜਦੋਂ ਸਰੀਰ ਆਕੜਿਆ ਨਾ, ਆਪਣੇ ਆਪ ਇਹਨਾਂ ਦੀ ਆਕੜ ਖਤਮ ਹੋ ਜਾਣੀ ਹੈ, ਆਪਣੇ ਆਪ ਇਹਨਾਂ ਨੇ ਤਰਲੇ ਲੈ ਕੇ ਕਹਿਣਾ ਹੈ ਕਿ ਅਸੀਂ ਕਲਮਾ ਪੜ੍ਹ ਕੇ ਮੁਸਲਮਾਨ ਬਣਨ ਵਾਸਤੇ ਤਿਆਰ ਹਾਂ, ਜਾਓ ਦਾਦੀ ਮਾਂ ਤੇ ਇਹਨਾਂ ਪੋਤਿਆਂ ਨੂੰ ਠੰਡੇ ਬੁਰਜ 'ਚ ਬੰਦੀ ਬਣਾ ਕੇ ਰੱਖੋ। ਯਾਦ ਰੱਖਿਓ ਜਦੋਂ ਆਪਾਂ ਸਰਹੰਦ ਦਾ ਇਤਿਹਾਸ ਪੜ੍ਹਦੇ ਹਾਂ ਨਾ, ਉੱਥੇ 8 ਤਰ੍ਹਾਂ ਦੇ ਬੁਰਜ ਨੇ, 8 ਤਰ੍ਹਾਂ ਦੇ। ਸਭ ਤੋਂ ਉੱਚਾ ਬੁਰਜ ਹੈ ਠੰਡਾ ਬੁਰਜ, ਇਹ ਸਮੇਂ ਦੀ ਸਰਕਾਰ ਨੇ ਆਪਣੇ ਵਾਸਤੇ ਬਣਾਇਆ ਹੈ। ਗਰਮੀ ਦੀ ਰੁੱਤ ਵਿੱਚ ਇਹ ਲੋਕ ਇੱਥੇ ਬਹਿ ਕੇ ਮਹਿਫਲਾਂ ਲਾਉਂਦੇ ਨੇ, ਇਹ ਏਸੀ ਜਿੰਨਾ ਬੁਰਜ ਠੰਡਾ ਹੁੰਦਾ ਹੈ। ਤੇ ਮੰਨ ਕੇ ਚੱਲੋ ਇਸ ਮਹੀਨੇ ਵਿੱਚ ਪੋਹ ਦਾ ਮਹੀਨਾ, ਇਸ ਬੁਰਜ ਦੇ ਘੇਰੇ ਘੇਰੇ ਪਾਣੀ, ਜਦੋਂ ਪਾਣੀ ਹਵਾ ਦੇ ਨਾਲ ਟਕਰਾ ਕੇ ਬੁਰਜ ਦੇ ਵਿੱਚ ਆਉਂਦਾ ਹੈ ਤੇ ਯਾਦ ਰੱਖਿਓ ਸੀਤ ਲਹਿਰ ਬਣ ਕੇ ਆਉਂਦਾ ਹੈ। ਦਾਦੀ ਮਾਂ ਆਪਣੇ ਪੋਤਰਿਆਂ ਨੂੰ ਲੈ ਕੇ ਤੇ ਠੰਡੇ ਬੁਰਜ ਦੇ ਵਿੱਚ ਬੈਠੀ, ਨਾ ਇਹਨਾਂ ਦੇ ਤਨ ਨੂੰ ਢੱਕਣ ਵਾਸਤੇ ਕੱਪੜਾ, ਨਾ ਥੱਲੇ ਵਿਛਾਉਣ ਵਾਸਤੇ, ਨਾ ਉੱਪਰ ਲੈਣ ਵਾਸਤੇ। ਫਰਸ਼ ਵੀ ਠੰਡਾ ਹੈ, ਹਵਾ ਵੀ ਠੰਡੀ ਹੈ, ਰੁੱਤ ਵੀ ਠੰਡੀ ਹੈ। ਦਾਦੀ ਮਾਂ ਆਪਣੇ ਪੋਤਰਿਆਂ ਨੂੰ ਛਾਤੀ ਨਾਲ ਲਾ ਕੇ ਠੰਡੇ ਬੁਰਜ ਦੇ ਵਿੱਚ ਬੈਠੀ, ਨਾ ਬੱਚਿਆਂ ਨੂੰ ਕੋਈ ਪੀਣ ਵਾਸਤੇ ਪਦਾਰਥ, ਨਾ ਕੋਈ ਖਾਣ ਵਾਸਤੇ, ਨਾ ਕੋਈ ਕੱਪੜਾ ਥੱਲੇ ਵਿਛਾਉਣ ਵਾਸਤੇ, ਨਾ ਉੱਤੇ ਲੈਣ ਵਾਸਤੇ। ਜਰਾ ਆਪਣੇ ਮਨਾਂ ਵਿੱਚ ਧਿਆਨ ਮਾਰੋ, ਅਜੇ ਠੰਡ ਵੀ ਇੰਨੀ ਨਹੀਂ ਪੈਂਦੀ, ਅਸੀਂ ਆਪਣੇ ਬੱਚਿਆਂ ਨੂੰ ਠੰਡ ਤੋਂ ਬਚਾਉਣ ਵਾਸਤੇ ਕਈ ਤਰ੍ਹਾਂ ਦੇ ਹੀਲੇ ਵਸੀਲੇ ਕਰਦੇ, ਗਿਰੀਆਂ ਛੁਹਾਰਿਆਂ ਵਾਲਾ ਦੁੱਧ, ਗਰਮ ਬਿਸਤਰ, ਅੰਦਰ ਹੀਟਰ ਲੱਗੇ ਨੇ। ਇੰਨੇ ਸੁੱਖ ਹੋਣ ਦੇ ਬਾਵਜੂਦ ਵੀ ਅੱਜ ਅਸੀਂ ਗੁਰੂ ਕੀ ਸਿੱਖੀ ਤੋਂ ਦੂਰ ਹੋ ਕੇ ਬੈਠਿਆਂ। ਮਾਫ ਕਰਿਓ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲਾਂ ਦੇ ਕੋਲੇ ਕੋਈ ਸੁੱਖ ਨਹੀਂ ਗਾ, ਸੁੱਖ ਰੱਖੇ ਨੇ ਸਾਹਮਣੇ ਠੋਕਰ ਮਾਰ ਕੇ। ਉਹਨਾਂ ਨੇ ਕਿਹਨੂੰ ਪਿਆਰ ਕੀਤਾ? ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਸਿੱਖੀ ਨੂੰ ਪਿਆਰ ਕੀਤਾ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲ ਦਾਦੀ ਮਾਂ ਦੇ ਕੋਲ ਬੈਠੇ ਨੇ ਤੇ ਬਾਬਾ ਫਤਿਹ ਸਿੰਘ ਕਹਿੰਦਾ, ਦਾਦੀ ਮਾਂ, ਦਾਦੀ ਮਾਂ, ਕਿੰਨੇ ਦਿਨ ਹੋ ਗਏ ਨੇ ਆਨੰਦਪੁਰ ਸਾਹਿਬ ਤੋਂ ਵਿਛੜੇ, ਨਾ ਸਾਨੂੰ ਪਿਤਾ ਮਿਲਣ ਵਾਸਤੇ ਆਏ, ਨਾ ਭਰਾ ਮਿਲਣ ਵਾਸਤੇ ਆਏ, ਨਾ ਉਹ ਸਿੱਖ
ਜਿਹੜੇ ਤਨ ਦੇ ਘੋੜੇ ਬਣਾ ਕੇ ਸਾਨੂੰ ਹੂਟੇ ਦਿਆ ਕਰਦੇ ਸੀ, ਕਿੱਥੇ ਚਲੇ ਗਏ ਨੇ? ਅੱਗੇ ਜੰਗ ਲੜਨ ਵਾਸਤੇ ਜਾਂਦੇ ਸੀ ਤੇ ਥੋੜੇ ਸਮੇਂ ਦੇ ਬਾਅਦ ਆਣ ਕੇ ਸਾਨੂੰ ਜੱਫੀਆਂ ਪਾ ਪਾ ਕੇ ਮਿਲਦੇ ਸੀ। ਹੁਣ ਕਿੰਨੇ ਦਿਨ ਹੋ ਗਏ ਨੇ ਨਾ ਗੰਗੂ ਦੇ ਘਰ ਮਿਲਣ ਵਾਸਤੇ ਆਏ, ਨਾ ਸਾਨੂੰ ਇੱਥੇ ਮਿਲਣ ਵਾਸਤੇ ਆਏ, ਉਹ ਕਿੱਥੇ ਚਲੇ ਗਏ ਨੇ? ਦਾਦੀ ਮਾਂ ਦੇ ਨਾਲ ਗੱਲਾਂ ਕਰਦੇ ਨੇ, ਦਾਦੀ ਮਾਂ ਆਪਣੇ ਪੋਤਰਿਆਂ ਦਾ ਮਨ ਰੱਖਣ ਵਾਸਤੇ ਝੂਠਾ ਜਿਹਾ ਦਿਲਾਸਾ ਦਿੰਦੀ ਹੈ ਵੀ ਲਾਲ ਘਬਰਾਓ ਨਾ, ਥੋੜੇ ਸਮੇਂ ਦੇ ਬਾਅਦ ਆਪਾਂ ਸਾਰਿਆਂ ਨੇ ਫੇਰ ਇਕੱਠੇ ਹੋ ਜਾਣਾ ਹੈ। ਅੰਦਰੇ ਅੰਦਰ ਦਾਦੀ ਮਾਂ ਆਪਣੇ ਮਨ ਦੇ ਨਾਲ ਨਾਲੇ ਵਿਰਾਹ ਕਰਦੀ ਹੈ, ਨਾਲੇ ਵਿਚਾਰਾਂ ਕਰਦੀ ਵੇ ਮੇਰੇ ਲਾਲੋ, ਜਿਸ ਰਸਤੇ ਤੇ ਤੁਸੀਂ ਚੱਲੇ ਹੋ ਨਾ, ਇਸ ਰਾਹ ਤੇ ਚੱਲਣ ਵਾਲਿਆਂ ਦੇ ਵਿਛੋੜੇ ਪੈਂਦੇ ਨੇ, ਮਿਲਾਪ ਬੜਾ ਘੱਟ ਹੁੰਦਾ। ਯਾਦ ਰੱਖਿਓ ਗੁਰੂ ਕੇ ਸਿੱਖੋ, ਜਿਸ ਰਸਤੇ ਤੇ ਤੁਸੀਂ ਚੱਲੇ ਹੋ ਨਾ, ਇੱਥੇ ਚੱਲਣ ਵਾਲਿਆਂ ਦੇ ਵਿਛੋੜੇ ਪੈਂਦੇ ਨੇ, ਮਿਲਾਪ ਬੜਾ ਘੱਟ ਹੁੰਦਾ ਹੈ। ਤਵਾਰੀਖ ਦੇ ਪੰਨੇ ਲਿਖਦੇ ਨੇ, ਦਾਦੀ ਮਾਂ ਦੇ ਕੋਲ ਪੋਤਰੇ ਬੈਠੇ ਨੇ, ਗੱਲਾਂ ਕਰਦੇ ਨੇ ਕਿ ਜਦੋਂ ਸਾਡੇ ਪਿਤਾ ਸਾਡੇ ਭਰਾ ਜੰਗ ਜਿੱਤ ਕੇ ਵਾਪਸ ਆਉਣਗੇ ਨਾ, ਅਸੀਂ ਉਹਨਾਂ ਦੇ ਨਾਲ ਰੁੱਸ ਜਾਣਾ ਹੈ, ਗੱਲ ਨਹੀਂ ਕਰਨੀ, ਤਾਂ ਮੰਨਾਂਗੇ ਕਿ ਜੇ ਸਾਨੂੰ ਫਿਰ ਦੁਬਾਰਾ ਇਸ ਤਰ੍ਹਾਂ ਇਕੱਲਿਆਂ ਨਹੀਂ ਛੱਡ ਕੇ ਜਾਣਾ। ਇਸ ਤਰੀਕੇ ਨਾਲ ਗੱਲਾਂ ਕਰਦੇ ਨੇ। ਇੱਥੇ ਅੱਲਾ ਯਾਰ ਖਾਂ ਜੋਗੀ ਨੇ ਚਾਰ ਕੁ ਸ਼ਬਦ ਬੜੇ ਭਾਵਪੂਰਕ ਲਿਖੇ ਨੇ। ਉਹ ਲਿਖਦਾ ਹੈ, ਰਣ ਜੀਤ ਜੀਤ ਕਰ ਜਬ ਤਸਰੀਫ ਲਾਏਗੇ, ਅੱਬਾ ਕੇ ਸਾਥ ਜਿਸ ਘੜੀ ਜੁਜਾਰ ਆਏਗੇ, ਕਰਕੇ ਗਿਲਾ ਹਮ ਏਕ ਸੇ ਰੂਠ ਜਾਏਗੇ, ਉਹ ਮਨਾਏਗੇ ਬਾਰ ਬਾਰ, ਹਮ ਨਹੀਂ ਮਾਨੇਗੇ ਜੇਨਹਾਰ, ਅਸੀਂ ਨਹੀਂ ਮੰਨਣਾ। ਦਾਦੀ ਮਾਂ ਆਪਣੇ ਬੱਚਿਆਂ ਦਾ ਧਿਆਨ ਵਟਾਉਣ ਵਾਸਤੇ ਕਹਿਣ ਲੱਗੀ ਵੇ ਫਤਿਹ ਸਿਆ ਕਿੰਨੀ ਠੰਡ ਹੈ, ਕਿੰਨੀ ਠੰਡੀ ਹਵਾ ਚੱਲਦੀ ਹੈ। ਫਤਿਹ ਸਿੰਘ ਕਹਿੰਦਾ, ਦਾਦੀ ਮਾਂ ਸਾਨੂੰ ਸਭ ਪਤਾ ਹੈ, ਤੂੰ ਸਾਡੇ ਇਰਾਦੇ ਮਜ਼ਬੂਤ ਕਰਨ ਵਾਸਤੇ ਮਸਾਲਾ ਦੇਣੀ ਆ। ਦਾਦੀ ਮਾਂ ਫਿਕਰ ਨਾ ਕਰ, ਇਹ ਤਨ ਤਾਂ ਠੰਡ ਦੇ ਨਾਲ ਕੰਬ ਸਕਦਾ ਏ, ਪਰ ਜਿਹੜਾ ਸਾਡਾ ਮਨ ਹੈ ਨਾ, ਉਹ ਇਹ ਪੋ ਦੀ ਠੰਡੀ ਠੰਡ ਤੇ ਠੰਡਾ ਬੁਰਜ ਵੀ ਸਾਡੇ ਇਰਾਦੇ ਨੂੰ ਕਮਜ਼ੋਰ ਨਹੀਂ ਕਰ ਸਕਦਾ। ਦਾਦੀ ਮਾਂ ਦੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ। ਸੋਦਰ ਦੀ ਪਾਵਣ ਪਵਿੱਤਰ ਬਾਣੀ ਦਾ ਜਾਪ ਹੋਇਆ, ਇਤਿਹਾਸ ਲਿਖਦਾ ਏ, ਬੱਚੇ ਠੰਡੇ ਬੁਰਜ ਦੇ ਵਿੱਚ ਫਿਰ ਸੌਂਗੇ ਨੇ। ਦਾਦੀ ਮਾਂ ਨੇ ਦੋਵਾਂ ਪੋਤਰਿਆਂ ਨੂੰ ਫਰਸ਼ ਤੇ ਲਟਾਇਆ ਏ, ਇੱਕੋ ਕੰਬਲੀ ਹੈ ਦਾਦੀ ਮਾਂ ਦੇ ਕੋਲ, ਜਿਹਦੀ ਉਹਨੇ ਆਪ ਬੁੱਕਲ ਮਾਰੀ ਹੋਈ। ਭੈਣੋ, ਜੇ ਉਸ ਕੰਬਲੀ ਦੇ ਨਾਲ ਫਤਿਹ ਸਿੰਘ ਦਾ ਤਨ ਢੱਕਦੀ ਹੈ ਨਾ, ਤੇ ਜੋਰਾਵਰ ਸਿੰਘ ਨੰਗਾ ਹੋ ਜਾਂਦਾ ਹੈ। ਜੇ ਜੋਰਾਵਰ ਸਿੰਘ ਨੂੰ ਢੱਕਦੀ ਹੈ ਤੇ ਫਤਿਹ ਸਿੰਘ ਨੰਗਾ ਹੋ ਜਾਂਦਾ ਹੈ। ਸਾਰੀ ਰਾਤ ਦਾਦੀ ਮਾਂ ਦੀ ਇਸੇ ਤਰੀਕੇ ਨਾਲ ਕਰਦਿਆਂ ਗੁਜ਼ਰੀ। ਦਿਲ ਚੜਿਆ, ਫਿਰ ਕਚਹਿਰੀ ਲੱਗੀ ਹੈ, ਸੂਬੇ ਵਜ਼ੀਰ ਖਾਂ ਦੇ ਸਿਪਾਹੀ ਆਏ, ਦਾਦੀ ਮਾਂ ਆਪਣੇ ਪੋਤਰਿਆਂ ਨੂੰ ਤਿਆਰ ਕਰ, ਇਹਨਾਂ ਨੂੰ ਕਚਹਿਰੀ ਵਿੱਚ ਪੇਸ਼ ਕਰਨਾ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲ ਅੱਜ ਫਿਰ ਕਚਹਿਰੀ ਨੂੰ ਚੱਲੇ ਨੇ, ਤੁਰੇ ਜਾਂਦੇ ਨੇ ਸਿਪਾਹੀਆਂ ਦੇ ਨਾਲ ਤੇ ਕਹਿੰਦੇ, ਕੱਲ ਤੁਸੀਂ ਜਾ ਕੇ ਫਤਿਹ ਨਹੀਂ ਬੁਲਾਈ, ਅੱਜ ਤੁਸੀਂ ਪਹਿਲਾਂ ਜਾ ਕੇ ਸਜਦਾ ਕਰਨਾ ਹੈ ਤੇ ਫਿਰ ਜਾ ਕੇ ਕਚਹਿਰੀ 'ਚ ਪ੍ਰਵੇਸ਼ ਕਰਨਾ। ਕੱਲ ਤੁਸੀਂ ਫਤਿਹ ਬੁਲਾ ਕੇ ਕਚਹਿਰੀ ਦੀ ਉਲੰਘਣਾ ਕੀਤੀ ਹੈ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲ ਸੁਣਦੇ ਜਾਂਦੇ ਨੇ, ਅੱਜ ਨਕਸ਼ਾ ਬਦਲਿਆ ਕਚਹਿਰੀ ਦਾ, ਵੱਡਾ ਦਰਵਾਜ਼ਾ ਬੰਦ ਕੀਤਾ ਹੈ, ਛੋਟੀ ਬਾਰੀ ਖੋਲ੍ਹੀ ਹੈ ਕਿ ਜਦੋਂ ਮਹਾਰਾਜ ਦੇ ਲਾਲ ਇਸ ਬਾਰੀ ਥਾਣੀ ਲੱਕ ਲਫਾ ਕੇ ਅੰਦਰ ਲੰਘਣਗੇ ਨਾ, ਪਿੱਛੋਂ ਰੌਲਾ ਪਾ ਦਿੱਤਾ ਜਾਏਗਾ ਕਿ ਮਹਾਰਾਜ ਦੇ ਲਾਲਾਂ ਨੇ ਈਨ ਮੰਨ ਕੇ ਤੇ ਆਪਣਾ ਸਿਰ ਚੁਕਾ ਦਿੱਤਾ। ਪਰ ਉਹਨਾਂ ਦੀ ਉਮਰ ਬੜੀ ਛੋਟੀ ਹੈ, ਪਰ ਬੁੱਧ ਏਡੀ ਵੱਡੀ ਮਾਲਕ ਨੇ ਉਹਨਾਂ ਦੇ ਅੰਦਰ ਪਾਈ ਹੈ।
ਐਵੇਂ ਨਹੀਂ ਆਪਾਂ ਕਹਿੰਦੇ ਨਿੱਕੀਆਂ ਜਿੰਦਾ ਵੱਡਾ ਸਾਕਾ। ਉਹ ਉਮਰ ਦੇ ਛੋਟੇ ਨੇ ਪਰ ਉਹਨਾਂ ਦੇ ਕਾਰਜ ਏਡੇ ਵੱਡੇ ਨੇ, ਉਹਨਾਂ ਦੇ ਕਾਰਜਾਂ ਦੇ ਅੱਗੇ ਵੱਡੇ ਵੱਡੇ ਲੋਕ ਆਣ ਕੇ ਆਪਣਾ ਸਿਰ ਚੁਕਾਉਂਦੇ। ਯਾਦ ਰੱਖਿਓ ਗੁਰੂ ਕੇ ਸਿੱਖੋ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲ ਕਚਹਿਰੀ ਵਿੱਚ ਆਏ। ਅੱਜ ਕਚਹਿਰੀ ਵਿੱਚ ਬੈਠਾ ਸ਼ੇਰ ਮੁਹੰਮਦ ਖਾਂ, ਮਲੇਰਕੋਟਲੇ ਦੇ ਰਹਿਣ ਵਾਲਾ। ਸੂਬਾ ਵਜ਼ੀਰ ਖਾਂ ਕਹਿਣ ਲੱਗਾ, ਵੇਖ ਸ਼ੇਰ ਮੁਹੰਮਦ ਖਾਂ, ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤੇਰੇ ਭਰਾ ਨਾਰ ਖਾਂ ਨੂੰ ਚਮਕੌਰ ਦੀ ਜੰਗ ਵਿੱਚ ਤੀਰ ਮਾਰ ਕੇ ਮਾਰਿਆ। ਜੇ ਤੂੰ ਚਾਹਵੇਂ ਆਪਣੇ ਭਰਾ ਦਾ ਬਦਲਾ ਲੈਣਾ, ਆਪਣੇ ਅੰਦਰ ਦੀ ਅੱਗ ਨੂੰ ਠੰਡਿਆ ਕਰਨਾ, ਤੇ ਆ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਆਪ ਮਾਰ ਕੇ ਖਤਮ ਕਰਕੇ ਤੂੰ ਆਪਣੇ ਭਰਾਵਾਂ ਦਾ ਬਦਲਾ ਲੈ ਸਕਦਾ। ਸ਼ੇਰ ਮੁਹੰਮਦ ਖਾਂ ਉੱਠ ਕੇ ਖਲੋ ਗਿਆ, ਕਹਿਣ ਲੱਗਾ, ਸੂਬਾ ਵਜ਼ੀਰ ਖਾਂ, ਕੋਈ ਚੰਗੀ ਤੇ ਨੇਕੀ ਦੀ ਗੱਲ ਕਰ। ਆਪਣਾ ਤੇ ਧਾਰਮਿਕ ਗ੍ਰੰਥ ਵੀ ਇਸ ਗੱਲ ਦਾ ਦਾਅਵਾ ਨਹੀਂ ਕਰਦਾ ਕਿ ਬਜ਼ੁਰਗਾਂ ਉੱਤੇ, ਬੱਚਿਆਂ ਉੱਤੇ, ਮਜ਼ਲੂਮਾਂ ਉੱਤੇ ਕਿਸੇ ਪ੍ਰਕਾਰ ਦਾ ਕੋਈ ਵੀ ਹਮਲਾ ਕੀਤਾ ਜਾਏ। ਇਹ ਤਾਂ ਬੱਚੇ ਨਾਦਾਨ ਨੇ, ਇਹਨਾਂ ਨੂੰ ਕੀ ਪਤਾ ਹੈ, ਜੇ ਮੇਰੇ ਵਿੱਚ ਦਮ ਹੋਵੇਗਾ ਨਾ, ਜੇ ਮੇਰੇ ਵਿੱਚ ਤਾਕਤ ਹੋਵੇਗੀ ਤੇ ਮੈਂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਾਲ ਮੈਦਾਨੇ ਜੰਗ ਵਿੱਚ ਲੜ ਕੇ ਟੱਕਰ ਲਵਾਂਗਾ। ਤੇ ਮੈਂ ਤਾਂ ਤੈਨੂੰ ਵੀ ਕਹਿੰਦਾ ਕਿ ਇਹਨਾਂ ਬੱਚਿਆਂ ਨੂੰ ਛੱਡ ਦੇ, ਇਹਨਾਂ ਦਾ ਕੋਈ ਕਸੂਰ ਨਹੀਂ, ਕੋਈ ਗੁਨਾਹ ਨਹੀਂ। ਜਦੋਂ ਸ਼ੇਰ ਮੁਹੰਮਦ ਖਾਂ ਨੇ ਇਹ ਗੱਲ ਕਹੀ ਨਾ, ਇੱਕ ਵਾਰ ਸੂਬੇ ਵਜ਼ੀਰ ਖਾਂ ਦਾ ਮਨ ਪਿਘਲਿਆ, ਕਹਿਣ ਲੱਗਾ, ਠੀਕ ਹੈ ਖਾਨ ਜੀ, ਤੁਹਾਡੀ ਗੱਲ ਨੂੰ ਵਿਚਾਰਿਆ ਜਾਏਗਾ। ਇਸੇ ਸਭਾ ਵਿੱਚ ਬੈਠਾ ਇਹ ਦੀਵਾਨ ਸੁੱਚਾ ਨੰਦ ਉੱਠ ਕੇ ਖਲੋ ਗਿਆ, ਕਹਿਣ ਲੱਗਾ, ਖਾਨ ਸਾਹਿਬ, ਇੱਕ ਵਾਰ ਮੈਨੂੰ ਇਹਨਾਂ ਬੱਚਿਆਂ ਦੇ ਨਾਲ ਕੁਝ ਗੱਲਾਂ ਕਰ ਲੈਂਦੇ ਹੋ, ਫਿਰ ਇਹਨਾਂ ਬੱਚਿਆਂ ਨੂੰ ਆਪਾਂ ਛੱਡ ਦੇਵਾਂਗੇ। ਕੋਲ ਗਿਆ, ਜਾ ਕੇ ਕਹਿਣ ਲੱਗਾ, ਬੱਚਿਓ, ਜੇ ਤੁਹਾਨੂੰ ਛੱਡ ਦਿੱਤਾ ਜਾਏ ਤੇ ਕਿੱਥੇ ਜਾਓਗੇ? ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲ ਕਹਿਣ ਲੱਗੇ, ਓਏ ਸੁੱਚਾ ਨੰਦ, ਤੇਰਾ ਨਾਂ ਸੁੱਚਾ ਨੰਦ ਹੈ, ਬਲਕਿ ਤੇਰੇ ਵਿੱਚ ਕੋਈ ਸੱਚਾਈ ਵਾਲੀ ਗੱਲ ਨਹੀਂ, ਤੇਰਾ ਨਾਂ ਤੇ ਝੂਠਾ ਆਨੰਦ ਚਾਹੀਦਾ ਹੈ। ਪਹਿਲੀ ਗੱਲ ਤਾਂ ਇਹ ਕਿ ਤੁਸੀਂ ਸਾਨੂੰ ਛੱਡਣਾ ਨਹੀਂ, ਜੇ ਸਾਨੂੰ ਤੁਸੀਂ ਛੱਡ ਦਿੱਤਾ ਅਸੀਂ ਪਿੰਡਾਂ ਵਿੱਚ ਜਾਵਾਂਗੇ, ਸਿੱਖ ਇਕੱਠੇ ਕਰਾਂਗੇ, ਇਸ ਮੁਗਲੀਆ ਰਾਜ ਦੀਆਂ ਜੜ੍ਹਾਂ ਪੱਟ ਦੇਵਾਂਗੇ। ਜੇ ਫੇਰ ਹਾਰ ਕੇ ਫੇਰ ਇਕੱਠੇ ਕਰਾਂਗੇ, ਫੇਰ ਲੜਾਂਗੇ, ਜਿੰਨਾ ਚਿਰ ਅਸੀਂ ਇਸ ਮੁਗਲੀਆ ਸਾਮਰਾਜ ਨੂੰ ਖਤਮ ਨਹੀਂ ਕਰ ਦਿੰਦੇ, ਉਹਨਾਂ ਚਿਰ ਇਹਦੇ ਨਾਲ ਟੱਕਰ ਲੈਂਦੇ ਰਵਾਂਗੇ। ਜਦੋਂ ਇੰਨੀ ਗੱਲ ਕਹੀ ਨਾ, ਪਿੱਛੋਂ ਰੌਲਾ ਪੈ ਗਿਆ, ਇਹ ਬਾਗੀ ਨੇ, ਇਹਨਾਂ ਦੇ ਗੱਲਾਂ ਵਿੱਚੋਂ ਬਾਗੀਆਂ ਦੀ ਬਦਬੂ ਆਉਂਦੀ ਹੈ ਔਰ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ। ਯਾਦ ਰੱਖਿਓ, ਇੱਥੇ ਧਾਰਮਿਕ ਗ੍ਰੰਥ ਵਿਖਿਆ, ਕਾਜ਼ੀ ਨੂੰ ਸੱਦਿਆ ਗਿਆ, ਜਿਹੜੀ ਕੁਰਾਨ ਸ਼ਰੀਫ ਇਸ ਗੱਲ ਦਾ ਦਾਅਵਾ ਨਹੀਂ ਕਰਦੀ, ਫਤਵਾ ਜਾਰੀ ਹੋਇਆ ਕਿ ਇਹਨਾਂ ਦੋਵਾਂ ਸਾਹਿਬਜ਼ਾਦਿਆਂ ਨੂੰ ਜੇ ਇਹ ਕਲਮਾ ਪੜ੍ਹ ਕੇ ਮੁਸਲਮਾਨ ਨਹੀਂ ਬਣਦੇ ਤੇ ਜੀਂਦੇ ਜੀ ਇਹਨਾਂ ਨੂੰ ਨੀਆਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਏ। ਫਤਵਾ ਜਾਰੀ ਹੋ ਚੁੱਕਾ ਹੈ। ਸ਼ੇਰ ਮੁਹੰਮਦ ਖਾਂ ਹਾ ਦਾ ਨਾਰਾ ਮਾਰ ਕੇ ਉੱਠ ਕੇ ਕਚਹਿਰੀ ਵਿੱਚੋਂ ਬਾਹਰ ਚਲਾ ਗਿਆ, ਰੌਲਾ ਪਾਉਂਦਾ ਹੋਇਆ, ਕਹਿਣ ਲੱਗਾ, ਜਾਓ ਇਹਨਾਂ ਨੂੰ ਦਾਦੀ ਦੇ ਕੋਲ ਛੱਡ ਦਿਓ ਤੇ ਦਾਦੀ ਨੂੰ ਸੁਨੇਹਾ ਦੇ ਦਿਓ, ਜੇ ਤੇਰੇ ਪੋਤਿਆਂ ਨੇ ਕੱਲ ਤੱਕ ਧਰਮ ਤਬਦੀਲ ਨਾ ਕੀਤਾ ਤੇ ਕੱਲ ਨੂੰ ਮੁੜ ਕੇ ਇਹਨਾਂ ਨੂੰ ਮਿਲਣ ਦੀ ਆਸ ਨਾ ਰੱਖੀ, ਦੁਬਾਰਾ ਇਹ ਤੇਰੇ ਕੋਲੇ ਵਾਪਸ ਨਹੀਂ ਆਉਣੇ। ਸਿਪਾਹੀ ਲੈ ਕੇ ਗਏ ਨੇ ਬੱਚਿਆਂ ਨੂੰ, ਫਿਰ ਦਾਦੀ ਮਾਂ ਦੇ ਕੋਲ ਨਿੱਕੇ ਸਾਹਿਬਜ਼ਾਦੇ ਪਹੁੰਚੇ ਨੇ। ਦਾਦੀ ਮਾਂ ਨੇ ਦੋਵਾਂ ਲਾਲਾਂ ਨੂੰ ਘੁੱਟ ਕੇ ਗੱਲ ਵੱਕੜੀ ਵਿੱਚ ਲਿਆ, ਉਸ ਕਚਹਿਰੀ ਦਾ ਸਾਰਾ ਹਾਲ ਪੁੱਛਿਆ। ਬਾਬਾ ਫਤਿਹ ਸਿੰਘ ਕਹਿਣ ਲੱਗਾ, ਦਾਦੀ ਮਾਂ, ਦਾਦੀ ਮਾਂ, ਤੂੰ ਰੋਜ਼ ਕਹਿੰਦੀ ਸੀ ਨਾ
ਜਾਨ ਭਾਵੇਂ ਚਲੀ ਜਾਏ ਧਰਮ ਤੋਂ ਨਹੀਂ ਡੋਲਣਾ। ਤੇ ਦਾਦੀ ਮਾਂ ਤੇਰੀਆਂ ਕਈਆਂ ਹੋਈਆਂ ਗੱਲਾਂ ਤੇ ਅਸੀਂ ਫੁੱਲ ਚੜਾਏ। ਸਮੇਂ ਦੀ ਸਰਕਾਰ ਨੇ ਸਾਨੂੰ ਝੁਕਾਉਣ ਵਾਸਤੇ ਤਰ੍ਹਾਂ ਤਰ੍ਹਾਂ ਦੇ ਯਤਨ ਕੀਤੇ, ਅਸੀਂ ਨਾ ਡੋਲੇ। ਅਖੀਰ ਉਹਨਾਂ ਲੋਕਾਂ ਨੇ ਫਤਵਾ ਲਾ ਦਿੱਤਾ ਏ ਕਿ ਜੇ ਅਸੀਂ ਆਪਣਾ ਧਰਮ ਨਾ ਛੱਡਿਆ ਤੇ ਕੱਲ ਨੂੰ ਉਹ ਜਿਉਂਦੇ ਜੀ ਸਾਨੂੰ ਨੀਆਂ ਵਿੱਚ ਚਿਣ ਕੇ ਤੇ ਖਤਮ ਕਰ ਦੇਣੇ। ਦਾਦੀ ਮਾਂ ਦੇ ਕਲੇਜੇ ਦਾ ਰੁੱਖ ਭਰਿਆ ਗਿਆ। ਅਸਲ ਸਰੀਰ ਤਾਂ ਸਰੀਰ ਹੀ ਹੈ ਨਾ, ਮਮਤਾ ਤੇ ਮਮਤਾ ਹੀ ਹੈ ਨਾ। ਅੰਦਰੇ ਅੰਦਰ ਦਾਦੀ ਮਾਂ ਨੇ ਆਪਣੇ ਆਪ ਨੂੰ ਕੰਟਰੋਲ ਕੀਤਾ, ਛਾਤੀ ਨਾਲ ਲਾ ਕੇ ਕਹਿਣ ਲੱਗੀ, ਵੇ ਮੇਰੇ ਲਾਲੋ, ਨੀਆਂ ਵਿੱਚ ਹੀ ਚਿਣਗੇ, ਤੁਹਾਨੂੰ ਮਾਰ ਥੋੜਾ ਦੇਣਗੇ। ਦਾਦੀ ਮਾਂ ਨੇ ਦਿਲਾਸਾ ਦਿੱਤਾ, ਪਿਆਰ ਦਿੱਤਾ। ਬਾਬਾ ਫਤਿਹ ਸਿੰਘ ਕਹਿੰਦਾ, ਦਾਦੀ ਮਾਂ ਤੂੰ ਸਾਡਾ ਇੱਕ ਪਲ ਦਾ ਵਿਛੋੜਾ ਨਹੀਂ ਸੀ ਸਹਾਰ ਦੀ। ਜਦੋਂ ਅਸੀਂ ਜਾਂਦੇ ਸੀ ਨਾ, ਤੂੰ ਉਡੀਕਦੀ ਸੀ ਕਿ ਕਦੋਂ ਆਉਣਗੇ, ਪਰ ਦਾਦੀ ਮਾਂ ਹੁਣ ਤੇਰੇ ਤੋਂ ਅਸੀਂ ਇੱਕ ਇੱਕ ਦੂਰ ਚਲੇ ਜਾਣਾ ਹੈ। ਦੁਨੀਆ ਦੀ ਕੋਈ ਵੀ ਤਾਕਤ ਤੇਰੇ ਸਾਨੂੰ ਵਾਪਸ ਨਹੀਂ ਲਿਆ ਸਕਦੀ। ਅੱਜ ਦੀ ਰਾਤ ਅਸੀਂ ਤੇਰੇ ਕੋਲ ਵਾਂ, ਸਾਨੂੰ ਜਿੰਨਾ ਪਿਆਰ ਕਰਨਾ ਪਿਆਰ ਕਰ। ਜਦੋਂ ਫਤਿਹ ਸਿੰਘ ਨਿੱਕੀਆਂ ਨਿੱਕੀਆਂ ਗੱਲਾਂ ਕਰਦਾ ਹੈ ਨਾ, ਦਾਦੀ ਦਾ ਕਲੇਜਾ ਫਟਦਾ ਹੈ, ਪਰ ਅੰਦਰੇ ਅੰਦਰ ਉਸ ਵਿਰਾਗ ਨੂੰ ਪੀ ਜਾਂਦੀ ਹੈ। ਤੇ ਸਾਰੀ ਰਾਤ ਬੱਚਿਆਂ ਦੇ ਮੁਖੜੇ ਚੁੰਮਦੀ ਰਹੀ, ਪਿਆਰ ਕਰਦੀ ਰਹੀ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਯਾਦ ਕਰਦੀ ਹੈ, ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੂੰ ਯਾਦ ਕਰਦੀ ਹੈ। ਕਿਤੇ ਸਮਾਂ ਸੀ ਮੈਂ ਆਪਣੇ ਪਤੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਦਿੱਲੀ ਦਰਬਾਰ ਵੱਲੇ ਤੋਰਿਆ, ਕੱਲ ਨੂੰ ਪੋਤਰਿਆਂ ਨੂੰ ਤੋਰਨਾ ਪੈਣਾ ਹੈ, ਦਿਨ ਚੜ੍ਹਦਾ ਹੈ। ਕਹਿੰਦੇ ਫਿਰ ਸੂਬੇ ਵਜ਼ੀਰ ਖਾਂ ਦੇ ਸਿਪਾਹੀ ਆਏ, ਅੱਜ ਦਾਦੀ ਮਾਂ ਨੇ ਪੋਤਰੇ ਐਵੇਂ ਤਿਆਰ ਕੀਤੇ ਨੇ ਜਿਵੇਂ ਇੱਕ ਮਾਂ ਵਿਆਹੁਣ ਵੇਲੇ ਆਪਣੇ ਪੁੱਤਰਾਂ ਨੂੰ ਤਿਆਰ ਕਰਦੀ ਹੈ। ਯਾਦ ਰੱਖਿਓ, ਸੋਹਣੇ ਚੋਲੇ ਪਹਿਨਾ ਕੇ, ਗਾਤਰੇ ਸ੍ਰੀ ਸਾਹਿਬਾਂ ਸਜਾ ਕੇ, ਉੱਤੇ ਕਮਰ ਕੱਸੇ ਸਜਾ ਕੇ, ਸੋਹਣੀਆਂ ਦਸਤਾਰਾਂ ਉੱਤੇ ਚੱਕਰ ਚੜਾ ਕੇ, ਤੇ ਨਿੱਕੀਆਂ ਨਿੱਕੀਆਂ ਕਲਗੀਆਂ ਇਹਨਾਂ ਦੀਆਂ ਦਸਤਾਰਾਂ ਉੱਤੇ ਲਗਾ ਦਿੱਤੀਆਂ। ਮਾਨੋ ਜਿਵੇਂ ਕੋਈ ਰਾਜਕੁਮਾਰ ਵਿਆਹੁਣ ਵਾਸਤੇ ਚੱਲੇ ਹੈ ਨਾ, ਇਸ ਤਰੀਕੇ ਦੇ ਨਾਲ ਦਾਦੀ ਮਾਂ ਨੇ ਆਪਣੇ ਪੋਤਰਿਆਂ ਨੂੰ ਤਿਆਰ ਕੀਤਾ, ਹੂਰਾਂ ਨੂੰ ਵਿਆਹੁਣ ਵਾਸਤੇ ਨਹੀਂ, ਲਾੜੀ ਮੌਤ ਨੂੰ ਵਿਆਹੁਣ ਵਾਸਤੇ ਤਿਆਰ ਕੀਤਾ। ਯਾਦ ਰੱਖਿਓ, ਹਰੇਕ ਮਾਂ ਬਾਪ ਦੀ ਇੱਛਾ ਹੁੰਦੀ ਹੈ ਨਾ ਕਿ ਆਪਣੇ ਬੱਚੇ ਨੂੰ ਵਿਆਹੁਣ ਵੇਲੇ ਕਿੰਨੇ ਆਪਾਂ ਚਾਹ ਤੇ ਮਲਾਰ ਕਰਦੇ ਹਾਂ, ਪਰ ਮਾਂ ਨੇ ਆਪਣੇ ਪੋਤਰੇ ਤੋਰੇ, ਹੂਰਾਂ ਨੂੰ ਨਹੀਂ, ਲਾੜੀ ਮੌਤ ਨੂੰ ਵਿਆਹੁਣ ਵਾਸਤੇ ਤੋਰੇ। ਸਾਹਿਬਜ਼ਾਦੇ ਮਾਤਾ ਦੇ ਕੋਲੋਂ ਵਿਛੜਨ ਲੱਗੇ ਨੇ। ਸਿਪਾਹੀ ਕਹਿੰਦੇ, ਮਾਂ ਅਸੀਂ ਰੋਜ਼ ਲੈ ਕੇ ਜਾਂਦੇ ਸੀ, ਰੋਜ਼ ਛੱਡਣ ਆਉਂਦੇ ਸੀ, ਤੇ ਤੂੰ ਸਾਨੂੰ ਪੁੱਛਦੀ ਸੀ ਵੀ ਕਦੋਂ ਆਉਂਗੇ। ਪਰ ਦਾਦੀ ਮਾਂ ਅੱਜ ਤੈਨੂੰ ਇੱਕ ਗੱਲ ਦੱਸ ਦਈਏ, ਜੇ ਤੇਰੇ ਬੱਚਿਆਂ ਨੇ ਈਨ ਪ੍ਰਵਾਨ ਨਾ ਕੀਤੀ, ਅੱਜ ਅਸੀਂ ਇਹਨਾਂ ਨੂੰ ਤੇਰੇ ਕੋਲੋਂ ਲੈ ਜਾਣਾ ਹੈ, ਦੁਬਾਰਾ ਤੇਰੇ ਕੋਲੇ ਛੱਡਣ ਵਾਪਸ ਨਹੀਂ ਆਵਾਂਗੇ। ਜਿੰਨਾ ਪਿਆਰ ਕਰਨਾ ਪਿਆਰ ਕਰ ਲੈ, ਅਸੀਂ 2 ਮਿੰਟ ਹੋਰ ਰੁਕ ਜਾਂਦੇ ਹਾਂ। ਘੁੱਟ ਕੇ ਗੱਲ ਵੱਕੜੀ ਵਿੱਚ ਲਿਆ, ਪਿਆਰ ਕੀਤਾ, ਮੁੱਖੜਾ ਚੁੰਮਿਆ, ਅਸੀਸ ਦੇ ਕੇ ਤੋਰਿਆ। ਕਹਿੰਦੇ ਠੰਡੇ ਬੁਰਜ ਦੀਆਂ ਸਾਹਿਬਜ਼ਾਦੇ ਪੌੜੀਆਂ ਉਤਰਦੇ ਨੇ। ਬਾਬਾ ਫਤਿਹ ਸਿੰਘ 2-4 ਪੌੜੀਆਂ ਉਤਰਿਆ, ਫਿਰ ਮੁੜ ਕੇ ਆਇਆ, ਦੌੜ ਕੇ ਤੇ ਦਾਦੀ ਮਾਂ ਦੀਆਂ ਲੱਤਾਂ ਨੂੰ ਘੁੱਟ ਕੇ ਜੱਫੀ ਪਾਲੀ। ਦਾਦੀ ਮਾਂ ਨੇ ਫਤਿਹ ਸਿੰਘ ਅੱਲੇ ਵੇਖਿਆ, ਕਹਿਣ ਲੱਗੀ, ਮੇਰਾ ਫਤਿਹ ਸਿੰਘ ਡਰ ਗਿਆ, ਘਬਰਾ ਗਿਆ, ਇਹ ਵਾਪਸ ਕਿਉਂ ਮੁੜਿਆ? ਕਹਿਣ ਲੱਗਾ, ਨਹੀਂ ਦਾਦੀ ਮਾਂ, ਨਾ ਮੈਂ ਡਰਿਆ ਨਾ ਮੈਂ ਘਬਰਾਇਆ। ਦਾਦੀ ਮਾਂ, ਮੈਨੂੰ ਤੇ ਇੱਕ ਗੱਲ ਦੀ ਬੜੀ ਚਿੰਤਾ ਲੱਗੀ ਹੋਈ ਹੈ। ਦਾਦੀ ਮਾਂ ਨੇ ਕਿਹਾ, ਵੇ ਮੇਰੇ ਫਤਿਹ ਸਿੰਘ ਨੂੰ ਆਪਣੇ ਭਰਾਵਾਂ ਦੀ ਚਿੰਤਾ,
ਆਪਣੇ ਪਿਤਾ ਦੀ ਚਿੰਤਾ, ਸਿੱਖਾਂ ਦੀ ਚਿੰਤਾ, ਕਿਹਦੀ ਚਿੰਤਾ ਹੈ? ਕਹਿਣ ਲੱਗਾ ਨਾ ਦਾਦੀ ਮਾਂ, ਨਾ ਭਰਾਵਾਂ ਦੀ, ਨਾ ਪਿਤਾ ਦੀ, ਨਾ ਸਿੱਖਾਂ ਦੀ, ਮੈਨੂੰ ਤੇ ਇੱਕ ਗੱਲ ਦੀ ਚਿੰਤਾ ਏ ਕਿ ਸਾਡੇ ਜਾਣ ਤੋਂ ਬਾਅਦ, ਦਾਦੀ ਮਾਂ ਤੂੰ ਤੇ ਸਾਡਾ ਇੱਕ ਪਲ ਦਾ ਵਿਛੋੜਾ ਨਹੀਂ ਸੀ ਸਹਾਰਦੀ, ਸਾਡੇ ਜਾਣ ਤੋਂ ਬਾਅਦ ਤੇਰਾ ਕੀ ਹੋਵੇਗਾ, ਤੇਰਾ ਚਿੱਤ ਕਿਵੇਂ ਲੱਗੇਗਾ? ਦਾਦੀ ਮਾਂ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ। ਕਹਿਣ ਲੱਗੀ ਵੀ ਮੇਰੇ ਫਤਿਹ ਸਿਆ, ਦਾਦੀ ਮਾਂ ਨੇ ਕਿਸੇ ਟਾਈਮ ਤੇਰੇ ਨਾਲ ਵਾਅਦਾ ਕੀਤਾ ਸੀ, ਜਦੋਂ ਮਾਤਾ ਜੀ ਤਾਂ ਚੜ੍ਹਾਈ ਕਰਨ ਲੱਗੇ ਨਾ, ਜਦੋਂ ਅਕਾਲ ਚਲਾਣਾ ਕਰਨ ਲੱਗੇ, ਸਵਰਗ ਪਧਾਰਨ ਲੱਗੇ ਮਾਤਾ ਜੀਤਾਂ ਜੀ, ਤੇ ਉਹਨਾਂ ਨੇ ਨਿੱਕੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਦੀ ਝੋਲੀ ਵਿੱਚ ਪਾਇਆ, ਬਾਹ ਫੜਾਈ। ਔਰ ਉਸ ਵੇਲੇ ਬਾਬਾ ਫਤਿਹ ਸਿੰਘ ਜਿੱਦ ਕਰਦਾ ਹੈ ਕਿ ਮੰਮੀ ਸੱਚਖੰਡ ਜਾਣਾ ਹੈ ਆਪਣੀ ਮਾਂ ਦੇ ਨਾਲ, ਮੰਮੀ ਸੱਚਖੰਡ ਜਾਣਾ, ਜਿਵੇਂ ਬੱਚੇ ਜਿੱਦ ਕਰਦੇ ਹਨ, ਮੰਮੀ ਸੱਚਖੰਡ ਜਾਣਾ ਹੈ। ਤੇ ਮਾਤਾ ਗੁਜਰੀ ਕਹਿਣ ਲੱਗੀ ਵੇ ਫਤਿਹ ਸਿਆ, ਜਿੱਦਣ ਤੂੰ ਸੱਚਖੰਡ ਜਾਏਗਾ ਨਾ, ਮੰਮੀ ਤੇਰੇ ਨਾਲ ਹੀ ਸੱਚਖੰਡ ਜਾਵਾਂਗੇ। ਅੱਜ ਉਹ ਦਿਨ, ਉਹ ਗੱਲ ਦਾਦੀ ਮਾਂ ਨੂੰ ਠੰਡੇ ਬੁਰਜ ਦੇ ਵਿੱਚ ਚੇਤੇ ਆਈ। ਕਹਿਣ ਲੱਗੀ ਵੀ ਮੇਰੇ ਫਤਿਹ ਸਿਆ, ਜਿੱਥੇ ਮੇਰਾ ਫਤਿਹ ਸਿੰਘ ਜਾਏਗਾ, ਜਿੱਥੇ ਮੇਰਾ ਜੋਰਾਵਰ ਸਿੰਘ ਜਾਏਗਾ, ਦਾਦੀ ਮਾਂ ਮਗਰੇ ਮਗਰ ਉੱਥੇ ਆ ਜਾਵੇਗੀ। ਚੱਲੋ ਵੇ ਮੇਰੇ ਹੀਰਿਓ, ਮੈਂ ਮਗਰੇ ਆਵਾਂ, ਪੁੱਤਾਂ ਬਾਜੋਂ ਜੂੰਦੀਆਂ ਕਦ ਸੁਣੀਆਂ ਮਾਵਾਂ, ਮੈਂ ਤੋਰ ਘਰਾਂ ਦੀਆਂ ਰੌਣਕਾਂ ਸੱਚ ਖੰਡ ਵਸਾਵਾਂ। ਸਾਹਿਬਜ਼ਾਦੇ ਅਖੀਰਲੀ ਫਤਿਹ ਬੁਲਾ ਕੇ ਦਾਦੀ ਮਾਂ ਦੇ ਚਰਨਾਂ ਵਿੱਚ ਹੱਥ ਲਾ ਕੇ ਤੁਰੇ, ਵਾਰ ਅਖੀਰੀ ਮਾਂ ਦੇ ਚਰਨੀ ਹੱਥ ਲਾ ਕੇ ਤੁਰ ਪਏ ਦੋਵੇਂ ਲਾਡਲੇ। ਜਦ ਫਤਿਹ ਬੁਲਾ ਕੇ ਬੂਹੇ ਵਿੱਚੋਂ ਪਰਤ ਕੇ ਬੋਲੇ ਮੁਸਕਰਾ ਕੇ, ਮਾਂ ਤੁਸਾਂ ਛੇਤੀ ਆਉਣਾ, ਨਹੀਂ ਤੇ ਤੇਰਾ ਰੁੱਸ ਜਾਊ ਫਤਿਹ ਸਿੰਘ ਜੀ ਪਰਚਾਉਣਾ। ਦਾਦੀ ਮਾਂ ਨੇ ਬੱਚਿਆਂ ਨੂੰ ਦਲਾਸਾ ਦੇ ਕੇ ਤੋਰਿਆ, ਬੱਚੇ ਠੰਡੇ ਬੁਰਜ ਦੀਆਂ ਪੌੜੀਆਂ ਉਤਰਦੇ ਨੇ, ਤਵਾਰੀਖ ਦੇ ਪੰਨੇ ਲਿਖਦੇ ਨੇ ਕਿ ਜਦੋਂ ਬੱਚੇ ਪੌੜੀਆਂ ਉਤਰਦੇ ਨਾ, ਦਾਦੀ ਨੂੰ ਨੌ ਰਾਣੀ ਜੀਤਾਂ ਦਾ ਚੇਤਾ ਆਇਆ, ਇੱਕ ਆਵਾਜ਼ ਮਾਰੀ। ਉਸ ਆਵਾਜ਼ ਨੂੰ ਗਿਆਨੀ ਸੋਹਣ ਸਿੰਘ ਜੀ ਸੀਤਲ ਨੇ ਆਪਣੀ ਕਲਮ ਦੇ ਨਾਲ ਲਿਖਿਆ ਵਿਰਾਗਮਈ, ਉਹ ਘੋੜੀ ਗਾਈ ਹੈ। ਕਹਿਣ ਲੱਗੀ ਨੀ ਆ ਜਾ ਜੀਤਾ, ਸਵਰਗ ਦੇ ਵਿੱਚੋਂ ਕੁਝ ਮਿੰਟ ਉਧਾਰੇ ਲੈ ਕੇ ਆ, ਵੇਖ ਤੇਰੇ ਲਾਲ ਆ ਚੱਲੇ ਨੇ, ਹੂਰਾ ਨੂੰ ਨਹੀਂ ਬਲਕਿ ਲਾੜੀ ਮੌਤ ਨੂੰ ਵਿਆਉਣ ਵਾਸਤੇ ਚੱਲੇ ਨੇ, ਆ ਦੋ ਮਿੰਟ ਰੱਬ ਦੇ ਘਰੋਂ ਉਧਾਰੇ ਲੈ ਕੇ ਆ, ਇਹਨਾਂ ਨੇ ਰਲ ਕੇ ਘੋੜੀਆਂ ਗਾ ਲਈ। ਉਹ ਘੋੜੀ ਗਾਈ, ਆਵਾਜ਼ ਮਾਰੀ, ਆ ਜਾ ਨੀ ਜੀਤਾ ਰਾਣੀਏ, ਲੈ ਮਿੰਟ ਉਧਾਰੇ, ਆ ਜਾ ਨੀ ਜੀਤਾ ਰਾਣੀਏ, ਲੈ ਮਿੰਟ ਉਧਾਰੇ, ਤੱਕ ਲਾ ਮੇਰੀ ਬੱਚੀਏ ਚੰਨ ਚੜ੍ਹਦੇ ਖਾਰੇ। ਆ ਵੇਖ ਕਿੰਨੇ ਸੋਹਣੇ ਲੱਗਦੇ ਨੇ, ਆ ਜਾ ਨੀ ਜੀਤਾ ਰਾਣੀਏ, ਲੈ ਮਿੰਟ ਉਧਾਰੇ, ਤੱਕ ਲਾ ਮੇਰੀ ਬੱਚੀਏ ਚੰਨ ਚੜ੍ਹਦੇ ਖਾਰੇ। ਕਿੰਨੇ ਸੋਹਣੇ ਲੱਗਦੇ ਇਸ ਉਮਰੇ ਪਿਆਰੇ, ਟੁੱਟਣਗੇ ਅੱਜ ਅੰਬਰੋਂ ਦੋ ਨਿੱਕੇ ਤਾਰੇ, ਚਾਨਣ ਚਾਨਣ ਹੋਣਗੇ ਬ੍ਰਹਿਮੰਡ ਅੰਧਿਆਰੇ। ਅੱਜ ਵੇਖ ਤੇਰੇ ਛੋਟੇ ਛੋਟੇ ਲਾਲ ਲਾੜੀ ਮੌਤ ਨੂੰ ਵਿਆਉਣ ਵਾਸਤੇ ਚੱਲੇ ਨੇ। ਸਾਹਿਬਜ਼ਾਦੇ ਪਹੁੰਚੇ ਜਿੱਥੇ ਨੀਆਂ ਵਿੱਚ ਚਿਣੇ ਜਾਣਾ ਹੈ, ਇੱਟਾਂ ਦਾ ਗਾਰੇ ਦਾ ਪ੍ਰਬੰਧ ਹੋ ਚੁੱਕਾ ਹੈ। ਦਾਦੀ ਮਾਂ ਠੰਡੇ ਬੁਰਜ ਤੋਂ ਤੱਕਦੀ ਹੈ, ਦੋਵਾਂ ਸਾਹਿਬਜ਼ਾਦਿਆਂ ਨੂੰ ਨੀਆਂ ਵਿੱਚ ਖਿਲਾਰ ਕੇ ਨਿੱਕੀ ਇੱਟ ਦੀ ਦੀਵਾਰ ਚਿਣੀ ਗਈ, ਗੋਡਿਆਂ ਤੇ ਪਹੁੰਚੀ ਹੈ। ਔਰ ਸੂਬਾ ਵਜ਼ੀਰ ਖਾਂ ਕਹਿੰਦਾ ਇਸ ਦੀਵਾਰ ਦੀ ਇੱਟ ਟੁੱਟਣੀ ਨਹੀਂ ਚਾਹੀਦੀ, ਕਿਉਂਕਿ ਸਰਹੰਦ ਦੀ ਇੱਟ ਬੜੀ ਮਹਿੰਗੀ ਹੈ। ਜਿੱਥੋਂ ਇਹਨਾਂ ਬੱਚਿਆਂ ਦਾ ਹੱਥ ਪੈਰ ਵਾਧਾ ਉਹਨੂੰ ਕੱਢ ਦਿੱਤਾ ਜਾਏ, ਤੇਸਿਆਂ ਦੇ ਨਾਲ ਇਹਨਾਂ ਬੱਚਿਆਂ ਦੇ ਗੋਡਿਆਂ ਨੂੰ, ਵਾਧੇ ਹੋਏ ਅੰਗਾਂ ਨੂੰ ਤਰਾਛਿਆ ਗਿਆ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲ ਵੀ ਕਹਿੰਦੇ
ਉਹ ਜਲਾਦੋ ਇਸ ਦੀਵਾਰ ਦੀ ਇਹ ਟੁੱਟਣੀ ਨਹੀਂ ਚਾਹੀਦੀ। ਆਉਣ ਵਾਲਾ ਇਤਿਹਾਸ ਇਹ ਨਾ ਕਵੇ ਕਿ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲ ਡਰ ਗਏ, ਉਹਨਾਂ ਨੇ ਇਸ ਨੀਂਹ ਦੀਆਂ ਟੁੱਟੀਆਂ ਹੋਈਆਂ ਇੱਟਾਂ ਲਗਵਾ ਲਈਆਂ। ਸਾਬਤ ਇੱਟ ਲਾਓ, ਜਿੱਥੋਂ ਸਾਡਾ ਕੋਈ ਅੰਗ ਪੈਰ ਵੱਧਦਾ ਉਹਨੂੰ ਬੇਸ਼ੱਕ ਕੱਢ ਦੇ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲ ਗੋਡਿਆਂ ਤੋਂ ਤਾਂ ਛਾਤੀ ਪੀੜੀ ਗਈ ਔਰ ਚਿਹਰੇ ਦਾ ਰੰਗ ਲਾਲ ਹੁੰਦਾ ਜਾਂਦਾ ਹੈ। ਸਭ ਤੋਂ ਪਹਿਲਾਂ ਵਾਰੀ ਬਾਬਾ ਫਤਿਹ ਸਿੰਘ ਦੀ ਆਈ। ਦੋਵਾਂ ਭਰਾਵਾਂ ਨੇ ਨੇਤਰਾਂ ਨਾਲ ਨੇਤਰ ਮਿਲਾ ਕੇ ਆਖਰੀ ਫਤਿਹ ਸਾਂਝੀ ਕੀਤੀ ਹੈ। ਇਹਨਾਂ ਪਾਪੀ ਲੋਕਾਂ ਦਾ ਪਾਪ ਇਸ ਦੀਵਾਰ ਦੇ ਕੋਲੋਂ ਵੀ ਨਹੀਂ ਚੁੱਕਿਆ ਗਿਆ। ਇੱਥੇ ਕਵੀ ਨੇ ਲਿਖਿਆ ਹੈ, ਰੱਬਾ ਫੁੱਟ ਪਵੇ ਫੁੱਟਣ ਜੋਗਿਆਂ ਨੂੰ, ਉਹ ਜਿੰਨਾ ਪਲ ਵਿੱਚ ਬਣਾਈ ਦੀਵਾਰ ਫੁੱਟ 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 ਵਿੱਥ ਛੱਡ ਕੇ ਉੱਤੇ ਖੜੇ ਕੀਤੇ ਹੁਣ ਹਾਰ ਫੁੱਟ ਫੁੱਟ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲ ਇਹ ਦੀਵਾਰ ਫੁੱਟੀ ਇੱਟਾਂ ਦੇ ਢੇਰ ਤੇ ਪਏ ਨੇ। ਇਹਨਾਂ ਦੀਆਂ ਤਲੀਆਂ ਝੱਸ ਕੇ ਇਹਨਾਂ ਨੂੰ ਫਿਰ ਹੋਸ਼ ਵਿੱਚ ਲਿਆਂਦਾ। ਯਾਦ ਰੱਖਿਓ, ਫਿਰ ਪੁੱਛਿਆ ਗਿਆ, ਅਜੇ ਵੀ ਜੇ ਈਨ ਮੰਨਦੇ ਹੋ ਤੁਹਾਨੂੰ ਛੱਡ ਦਿੱਤਾ ਜਾਏਗਾ, ਨਹੀਂ ਤੁਸੀਂ ਮੌਤ ਦਾ ਸਾਹਮਣੇ ਵੇਖੀ ਹੈ। ਨਾ ਮੰਨੇ, ਫਿਰ ਹੁਕਮ ਹੋਇਆ, ਫਿਰ ਫਤਵਾ ਲੱਗਾ ਕਿ ਇਹਨਾਂ ਬੱਚਿਆਂ ਦੀਆਂ ਸਾਰ ਅਗਾਂ ਕੱਟ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਏ। ਸਮਾਣੇ ਦੇ ਦੋ ਜਲਾਦ ਉਹਨਾਂ ਨੇ ਬੱਚਿਆਂ ਦੀਆਂ ਛਾਤੀਆਂ ਤੇ ਗੋਡੇ ਰੱਖ ਕੇ ਇਹਨਾਂ ਦੀਆਂ ਸਾਰ ਅਗਾਂ ਨੂੰ ਕੱਟਿਆ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲਾਂ ਨੂੰ ਸ਼ਹੀਦ ਕੀਤਾ। ਕੁਝ ਮਿੰਟ ਬਾਬਾ ਜ਼ੋਰਾਵਰ ਸਿੰਘ ਤੜਫਦੇ ਰਹੇ, ਉਹਨਾਂ ਦੇ ਅੰਗ ਪੈਰ ਹਿਲਦੇ ਰਹੇ ਔਰ 12.5 ਮਿੰਟ ਬਾਬਾ ਫਤਿਹ ਸਿੰਘ ਦਾ ਸਰੀਰ ਜਿਹੜਾ ਹਿਲਦਾ ਰਿਹਾ, ਉਹਨਾਂ ਦੇ ਸਰੀਰ ਦੇ ਵਿੱਚੋਂ ਪ੍ਰਾਣ ਨਿਕਲਦੇ ਰਹੇ। ਇੱਥੇ ਕੋਈ ਸਾਹਮਣੇ ਨਹੀਂ ਆਉਂਦਾ, ਇਹਨਾਂ ਨੂੰ ਲਵਾਰ ਸਮਝ ਕੇ ਪਾਸੇ ਇਹਨਾਂ ਦੇ ਸਰੀਰ ਸੁੱਟ ਦਿੱਤੇ ਗਏ। ਮਾਤਾ ਗੁਜਰੀ ਦਾ ਸਰੀਰ, ਉਹ ਵੀ ਸ਼ਹਾਦਤ ਦਾ ਜਾਮ ਪੀ ਗਿਆ, ਉਹਨਾਂ ਨੂੰ ਵੀ ਪਾਸੇ ਸੁੱਟ ਦਿੱਤਾ ਗਿਆ। ਤੇ ਹੁਕਮ ਇਹ ਲੱਗਾ ਕਿ ਕੋਈ ਇਹਨਾਂ ਦਾ ਸੰਸਕਾਰ ਨਹੀਂ ਕਰੇਗਾ, ਕੋਈ ਇਹਨਾਂ ਦੇ ਸਰੀਰ ਨੂੰ ਸਾਂਭੇਗਾ ਨਹੀਂ। ਬਾਬਾ ਮੋਤੀ ਰਾਮ ਮਹਿਰਾ ਆਇਆ ਔਰ ਇਹਦੇ ਨਾਲ ਦੀਵਾਨ ਟੁੱਡਰ ਮੱਲ, ਜਿਹਨੇ ਸੋਨੇ ਦੀਆਂ ਮੋਹਰਾਂ ਖੜੇ ਰੁੱਖ ਵਿਛਾ ਕੇ ਸਰਹੰਦ ਤੋਂ ਬਾਹਰਲੀ ਹੱਦ ਵਿੱਚ ਜਾ ਕੇ ਉਸ ਧਰਤੀ ਨੂੰ ਖਰੀਦਿਆ। ਆਓ ਮੈਂ 2 ਮਿੰਟ 'ਚ ਸਮਾਪਤੀ ਕਰਾਂ। ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਰਿਵਾਰ ਦੀ ਵੇਖੋ ਕਿੱਡੀ ਵੱਡੀ ਕੁਰਬਾਨੀ। ਇੱਕ ਜਗ੍ਹਾ ਤੇ ਜਨਮ ਨਹੀਂ ਹੋਇਆ ਤੇ ਇੱਕ ਜਗ੍ਹਾ ਤੇ ਅੰਤਿਮ ਸੰਸਕਾਰ ਵੀ ਨਹੀਂ ਹੋਏ। ਪਿਤਾ ਦੇ ਸੀਸ ਦਾ ਸੰਸਕਾਰ ਕਿਤੇ ਹੁੰਦਾ ਹੈ ਤੇ ਧੜ ਦਾ ਕਿਤੇ ਹੁੰਦਾ ਹੈ। ਇੱਥੇ ਫਿਰ ਇਹਨਾਂ ਬੱਚਿਆਂ ਦਾ ਤੇ ਮਾਤਾ ਦਾ ਕੋਈ ਕੰਨ ਹੀ ਲੱਗਣ ਵਾਸਤੇ ਤਿਆਰ ਨਹੀਂ। ਲੋਕ ਇੰਨੇ ਡਰਦੇ ਨੇ ਸਮੇਂ ਦੀ ਹਕੂਮਤ ਤੋਂ। 3 ਜਾਣੇ ਨੇ ਤੇ 3 ਹੀ ਸਰੀਰ ਨੇ, ਬਾਬਾ ਮੋਤੀ ਰਾਮ ਮਹਿਰਾ ਔਰ ਦੀਵਾਨ ਟੋਡਰ ਮੱਲ ਤੇ ਉਹਨਾਂ ਦੇ ਘਰ ਵਾਲੇ। ਬਾਬਾ ਮੋਤੀ ਰਾਮ ਕਹਿਣ ਲੱਗਾ, ਬਾਬਾ ਦੀਵਾਨ ਟੋਡਰ ਮੱਲ, ਮੈਂ ਮਾਤਾ ਗੁਜਰੀ ਦਾ ਸਰੀਰ ਚੁੱਕਦਾ ਹੈ, ਤੁਸੀਂ ਬਾਬਾ ਜ਼ੋਰਾਵਰ ਸਿੰਘ ਨੂੰ ਮੋਢੇ ਨਾਲ ਲਾਓ। ਤੇ ਦੀਵਾਨ ਟੋਡਰ ਮਾਲੀ ਦੇ ਘਰ ਵਾਲੀ ਕਹਿਣ ਲੱਗੀ, ਸਵਾਮੀ ਜੀ ਜੇ ਤੁਹਾਡਾ ਹੁਕਮ ਹੋਵੇ ਨਾ ਤੇ ਫਤਿਹ ਸਿੰਘ ਨੂੰ ਮੈਂ ਮੋਢੇ ਨਾਲ ਲਾ ਲੈਂਦੀ। ਉਹਨੇ ਮੋਢੇ ਨਾਲ ਲਾਇਆ, ਚੰਦਨ ਦੀ ਚਿਖਾ ਤਿਆਰ ਕੀਤੀ ਗਈ, ਵਿਚਕਾਰ ਦਾਦੀ ਮਾਂ ਨੂੰ ਲਟਾਇਆ ਗਿਆ, ਇੱਕ ਬੰਨੇ ਫਤਿਹ ਸਿੰਘ ਤੇ ਇੱਕ ਬੰਨੇ ਜ਼ੋਰਾਵਰ ਸਿੰਘ ਨੂੰ ਲਟਾ ਕੇ ਇਹਨਾਂ ਨੇ ਅੰਤਿਮ ਸੰਸਕਾਰ ਕੀਤਾ। ਮਾਨੋ ਉਹ ਚਿਖਾ ਤੇ ਇਹੋ ਜਿਹਾ ਨਕਸ਼ਾ ਬਣਿਆ ਜਿਵੇਂ ਦਾਦੀ ਮਾਂ ਆਪਣੇ ਪੋਤਿਆਂ ਨੂੰ ਰਾਤ ਨੂੰ ਸੌਣ ਵੇਲੇ ਇੱਕ ਬੰਨੇ ਫਤਿਹ ਸਿੰਘ ਨੂੰ ਪਾਉਂਦੀ ਸੀ, ਇੱਕ ਬੰਨੇ ਜ਼ੋਰਾਵਰ ਸਿੰਘ ਨੂੰ ਪਾ ਕੇ ਆਰਾਮ ਕਰਦੀ ਸੀ। ਮਾਨੋ ਉਹ ਚਿਖਾ ਦੇ ਉੱਤੇ ਦਾਦੀ ਮਾਂ ਦੋਵੇਂ ਪੋਤਿਆਂ ਦੇ ਨਾਲ ਲੰਮੀ ਪਈ ਹੋਈ। ਅੰਤਿਮ ਸੰਸਕਾਰ ਕੀਤਾ। ਇੱਧਰੋਂ ਫਿਰ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਕੋਲ ਨੂਰਾ ਮਾਹੀ ਖਬਰ ਲੈ ਕੇ ਜਾਂਦਾ ਹੈ
ਤੇ ਮਹਾਰਾਜ ਭਾਈ ਦਇਆ ਸਿੰਘ ਨੂੰ ਕਹਿੰਦੇ ਨੇ ਮੇਰੇ ਛੋਟੇ ਜੇ ਫਤਿਹ ਸਿੰਘ ਨੂੰ ਵੀ ਸਮੇਂ ਦੀ ਸਰਕਾਰ ਡਲਾ ਨਹੀਂ ਸਕੀ। ਉਧਰੋਂ ਨੂਰਾ ਬਾਈ ਖਬਰ ਸੁਣਾਉਂਦਾ ਏ, ਇਧਰੋਂ ਮਹਾਰਾਜ ਤੀਰ ਦੀ ਨੋਕ ਦੇ ਨਾਲ ਕਾਹੀ ਦੇ ਬੂਟੇ ਨੂੰ ਫਰੋਲਦਿਆਂ ਫਰੋਲਦਿਆਂ ਜਦੋਂ ਉਹਨੇ ਉਸ ਵਾਰਤਾ ਨੂੰ ਬੰਦ ਕੀਤਾ ਨਾ, ਸੱਚੇ ਪਾਤਸ਼ਾਹ ਨੇ ਤੀਰ ਦੀ ਨੋਕ ਦੇ ਨਾਲ ਕਾਹੀ ਦਾ ਬੂਟਾ ਪੁੱਟਿਆ ਤੇ ਮੁੱਖ ਦੇ ਵਿੱਚੋਂ ਬਚਨ ਕੇ ਦਇਆ ਸਿੰਘ ਅੱਜ ਸਮੇਂ ਦੀ ਹਕੂਮਤ ਦੀ ਜੜ ਜਿਹੜੀ ਪੁੱਟੀ ਗਈ। ਮੇਰੇ ਫਤਿਹ ਸਿੰਘ ਨੂੰ ਲਾ ਨਹੀਂ ਸਕੇ, ਇਸ ਧਰਤੀ ਦਾ ਨਾਂ ਸਰਹੰਦ ਨਹੀਂ, ਕਿਸੇ ਦਿਨ ਫਤਿਹਗੜ੍ਹ ਸਾਹਿਬ ਹੋਵੇਗਾ। ਅੱਜ ਆਪਾਂ ਉੱਥੇ ਜਾ ਕੇ ਸਿਜਦਾ ਕਰਦੇ ਹਾਂ। ਧੰਨਵਾਦ, ਤੁਸੀਂ ਪ੍ਰੇਮ ਨਾਲ ਬੈਠ ਕੇ ਗੁਰੂ ਕਾ ਇਤਿਹਾਸ ਸਰਵਣ ਕਰ ਰਹੇ ਹੋ। ਅਜੇ ਦੋ ਰਾਤਰੀ ਦੇ ਦੀਵਾਨ, ਇੱਕ ਰਾਤਰੀ ਦਾ ਇੱਕ ਦਿਨ ਦਾ ਇਸੇ ਸਥਾਨ 'ਤੇ ਸਜਾਏ ਜਾਣੇ ਨੇ। ਵੱਧ ਚੜ੍ਹ ਕੇ ਹੋਰ ਵੀ ਬੁਲਾਰੇ ਆ ਰਹੇ ਨੇ, ਆਪਾਂ ਉਹਨਾਂ ਦੇ ਪਾਸੋਂ ਵੀ ਗੁਰੂ ਕਾ ਇਤਿਹਾਸ, ਬੜਾ ਲੰਮਾ ਇਤਿਹਾਸ ਹੈ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਲਾਲਾਂ ਦਾ ਪਰਿਵਾਰ ਦਾ, ਜਿਸ ਗੁਰੂ ਨੇ ਸਾਡੇ ਉੱਤੋਂ ਕੁਰਬਾਨ ਕਰਕੇ ਗੱਲ ਕਹੀ ਸੀ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਬੂਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਆਓ ਇੰਨੇ ਕੁ ਬਚਨ ਪ੍ਰਵਾਨ ਕਰਨੇ। ਭਾਈ ਨਿਸ਼ਾਨ ਸਿੰਘ ਜੀ, ਭਾਈ ਸੁਖਰਾਜ ਸਿੰਘ ਸਾਹਮਣੇ ਗਿਆਨੀ ਜੀ, ਜਿਹੜੇ ਆਪ ਚੰਗੇ ਕਥਾਵਾਚਕ ਨੇ, ਸਮੁੱਚੇ ਨਗਰ ਦੇ ਪੰਜ ਸਰਪੰਚ ਸਾਹਿਬਾਨ, ਜ਼ਿੰਮੇਵਾਰ ਵੀਰ ਸਾਰੇ, ਤੁਸੀਂ ਇਸ ਅਸਥਾਨ 'ਤੇ ਪਹੁੰਚੇ ਹੋ। ਗੁਰੂ ਘਰ ਦੇ ਸਮੁੱਚੇ ਗ੍ਰੰਥੀ ਸਾਹਿਬਾਨ, ਪ੍ਰਬੰਧਕ ਜਨ, ਉਹਨਾਂ ਨੇ ਹੁਕਮ ਲਾਇਆ ਸੀ ਕਿ ਥੋੜ੍ਹਾ ਕੁ ਸਮਾਂ ਆਪ ਜੀ ਨੇ ਹਾਜ਼ਰੀ ਭਰਨੀ ਹੈ। ਬਹੁਤ ਹੀ ਗੁਰੂ ਘਰ ਦੇ ਚੜ੍ਹਦੀ ਕਲਾ ਵਾਲੇ ਰਾਗੀ ਭਾਈ ਮਨਵੀਰ ਸਿੰਘ ਜੀ ਹਰੀਕੇ, ਜਿਹੜੇ ਪੁਰਾਤਨ ਸਾਜ਼ਾਂ ਦੇ ਨਾਲ ਆਪ ਜੀ ਨੂੰ ਗੁਰਬਾਣੀ ਦਾ ਕੀਰਤਨ ਸੁਣਾ ਕੇ ਨਿਹਾਲ ਕਰਨਗੇ। ਜਿਹੜੀ ਸੰਗਤ ਅਜੇ ਘਰਾਂ ਵਿੱਚ ਹੈ, ਜਿਹੜੀ ਨਹੀਂ ਆਈ ਜਾਂ ਪ੍ਰਸ਼ਾਦਾ ਪਾਣੀ ਛੱਕ ਕੇ ਆਸੇ ਪਾਸੇ ਬੈਠੇ ਹਨ, ਉਹਨਾਂ ਦੇ ਚਰਨਾਂ ਵਿੱਚ ਭਾਈ ਬੇਨਤੀ ਹੈ, ਆਓ। ਬੜੀ ਕਿਰਪਾ ਹੈ ਮਹਾਰਾਜ ਦੀ ਇਹਨਾਂ ਵੀਰਾਂ ਦੇ ਉੱਤੇ, ਔਰ ਸੋਹਣੇ ਤਰੀਕੇ ਦੇ ਨਾਲ ਗੁਰੂ ਕੀ ਬਾਣੀ ਦਾ ਕੀਰਤਨ ਸੁਣਾ ਕੇ ਨਿਹਾਲ ਕਰਦੇ ਨੇ, ਉਹਨਾਂ ਦੇ ਪਾਸੋਂ ਕੀਰਤਨ ਸਰਵਣ ਕਰੀਏ। ਬੇਅੰਤ ਸੰਗਤਾਂ ਵੱਲੋਂ, ਪ੍ਰਬੰਧਕ ਜਨਾਂ ਵੱਲੋਂ ਬੇਅੰਤ ਹੀ ਅਸੀਸਾਂ ਆਈਆਂ ਹੈ। ਸਤਿਗੁਰੂ ਸਾਰਿਆਂ ਦੇ ਨਾਮ ਆਪ ਜਾਣਦੇ ਨੇ। ਇਤਿਹਾਸ ਦੀ ਵਿਚਾਰ ਕਰਦੇ ਹਾਂ, ਏਕ ਨਹੀਂ ਅਨੇਕ ਹੀ ਭੁੱਲਾਂ ਕਰ ਗਿਆ ਹੋਵਾਂਗਾ। ਗੁਰੂ ਕੀ ਸੰਗਤ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਣ ਯੋਗ ਨੇ, ਬਖਸ਼ ਲੈਣ। ਗੱਜ ਕੇ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।